ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਰੇਡੀਓ ਚੱਲ ਕੇ ਸਾਧੂਆਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਵਕਤ ਦੀਆਂ ਘੜੀਆਂ ਨੂੰ ਆਪ ਸਫਲਾ ਬਣਾ ਰਹੇ ਹੋ, ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੁਆਰਾ ਇਸ ਭਾਵਨਾ ਬੇੜਾ ਪ੍ਰਾਪਤ ਹੋਇਆ। ਇੱਕ ਇੱਕ ਘੜੀ ਦਾ ਆਨੰਦ ਮਾਣੀਏ, ਨਿਵਾੜਿਆਂ ਦੇ ਮਾਣ, ਨਿਤਾੜਿਆਂ ਦੇ ਤਾਣ, ਨਿਉਕਿਆਂ ਦੀ ਉਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਜੋਜਾਂ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਬਾਬਾ ਦਾਤੂ ਜੀ ਈਰਖਾ ਦੇ ਵੱਸ ਹੋ ਕੇ ਗੁਰੂ ਘਰ ਨਾਲ ਵੈਰ ਲੋਭ ਰੱਖਦੇ ਨੇ, ਦਸਤਾਰਬੰਦੀ ਵੀ ਕਰਾ ਲਈ, ਗੁਰੂ ਵੀ ਬਣ ਕੇ ਬਹਿ ਗਏ, ਪਰ ਖਡੂਰ ਸਾਹਿਬ ਕੋਈ ਮੱਥਾ ਟੇਕਣ ਨਹੀਂ ਆਉਂਦਾ। ਨਿਤਤਾਂ ਦੇ ਵਿਹੜੇ ਸੁਣਨ ਨੂੰ ਮਿਲਦੇ ਨੇ, ਗੁਰੂ ਪੁੱਤਰ ਵੀ ਬਣੇ, ਖਾਲੀ ਰਹੇ ਨੇ। ਸਾਰੀ ਦੀ ਸਾਰੀ ਭੀੜ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਚਲੀ ਗਈ। ਕੋਈ ਮਨਸ ਸ਼ਰੀਕ ਮਿੱਤਰ ਅਣਹੋਈਆਂ ਗੱਲਾਂ ਕਰਕੇ ਬਣਦੀ ਤੇ ਤੇਲ ਪਾਉਂਦੇ ਨੇ। ਹੌਲੀ ਹੌਲੀ ਈਰਖਾ ਇੰਨੀ ਵੱਡੀ ਹੋਈ, ਆਪਣੇ ਆਪ ਵਿੱਚ ਗੁਣ ਦਿਸਦੇ ਨੇ, ਸਾਰਿਆਂ ਚ ਔਗਣ ਦਿਸਣ ਲੱਗ ਪਏ। ਇੱਕ ਦਿਨ ਕਿਸੇ ਮਨੁੱਖ ਨੇ ਕਹਿ ਦਿੱਤਾ, ਮਰ ਕਿਉਂ ਨਾ ਗਏ ਤੁਸੀਂ, ਤੁਹਾਡੇ ਪਿਤਾ ਜੀ ਦੀ ਗੁਰਗੱਦੀ ਸੇਵਾਦਾਰ ਲੈ ਗਏ ਤੇ ਪੁੱਤ ਖਾਲੀ ਬਹਿ ਜਾਣ। ਇਹਨਾਂ ਬੋਲਾਂ ਦੇ ਅੰਦਰ ਭਾਂਬੜ ਵਾਲ ਦਿੱਤਾ। ਫਿਰ ਕਿਸੇ ਦੀ ਸਲਾਹ ਲਾ ਲਈ, ਚੁੱਪ ਚਪੀਤੇ ਹੰਕਾਰ ਦੇ ਵਾਸੇ ਆ ਕੇ ਗੋਇੰਦਵਾਲ ਸਾਹਿਬ ਆ ਗਏ। ਬਾਬਾ ਦਾਤੂ ਜੀ ਦੇ ਮਨ ਵਿੱਚ ਇੱਕੋ ਗੱਲ ਹੈ, ਮੈਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਾਰ ਕੇ ਗੁਰਗੱਦੀ ਤੇ ਬਹਿ ਜਾਣਾ, ਤਾਂ ਮੇਰਾ ਅਦਬ ਤੇ ਸਤਿਕਾਰ ਬਹਾਲ ਹੋਏਗਾ ਤੇ ਗੋਇੰਦਵਾਲ ਸਾਹਿਬ ਵੀ ਸਾਡੇ ਕਬਜ਼ੇ ਥੱਲੇ ਆ ਜਾਵੇ।
ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਵੰਚਿਤ ਵਿਅਕਤੀਆਂ ਨੂੰ ਏਕਾਗਰ ਕਰੀਏ, ਪ੍ਰੇਮ ਦੀ ਪਾਓ ਸਾਂਝ, ਬਖਸ਼ਿਓ ਆਸੀਸ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਤ ਕੇ ਵਸਤ ਪੂਤੇ ਹਮ ਮਾਲਕ, ਅਪਰ ਕਿਸੂ ਕੇ ਕਿਮ ਹੋਏ ਤਾਲਿਕ। ਬਾਬਾ ਦਾਤੂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੇ ਪੁੱਤਰ ਨੇ, ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਮਨ ਵਿੱਚ ਇਹ ਪ੍ਰਣ ਕਰ ਲਿਆ, ਅਸੀਂ ਗੁਰੂ ਪੁੱਤਰ ਹਾਂ, ਗੁਰਗੱਦੀ ਵੀ ਸਾਡੀ ਹੈ, ਕੋਈ ਸੇਵਾਦਾਰ ਕੋਈ ਸੇਵਕ, ਸਾਡੇ ਪਿਤਾ ਦੀ ਮਾਲਕੀਅਤ ਤੇ ਕਿਵੇਂ ਕਾਬਜ਼ ਹੋ ਸਕਦਾ। ਵੇਖੋ ਇਹ ਸੋਚ ਦਰਿਆਵੀ ਹੈ, ਦਰਿਆਵੀ ਇਸ ਲਈ ਹੈ ਕਿਉਂਕਿ ਧਰਮ ਦੀ ਸੋਚ ਵਿੱਚ ਕਦੇ ਈਰਖਾ ਨਹੀਂ ਹੁੰਦੀ। ਧਰਮ ਤੇ ਸ਼ੁਰੂ ਹੀ ਉਦੋਂ ਹੁੰਦਾ ਜਦੋਂ ਅੰਦਰੋਂ ਹਉਮੈ ਤੇ ਈਰਖਾ ਦਾ ਨਿਪਟਾਰਾ ਹੋ ਜਾਵੇ, ਅਦਰਵਾਈਜ਼ ਬੰਦਾ ਧਰਮੀ ਦਿਖਾਵੇ ਦਾ ਬਣੇ ਹੈ, ਮਨ ਵਿੱਚ ਈਰਖਾ, ਇਹ ਮਨ ਵਿੱਚ ਸਾੜਾ, ਇਹ ਮਨ ਵਿੱਚ ਹੋਵੇ ਹੈ, ਹਜੇ ਉਹਨੇ ਇੱਕ ਪੌੜੀ ਤੇ ਵੀ ਪੈਰ ਨਹੀਂ ਰੱਖਿਆ। ਗੁਰੂ ਪੁੱਤਰ ਹੋ ਕੇ ਬਾਬਾ ਦਾਤੂ ਜੀ ਏਡੀ ਅਗਿਆਨਤਾ ਦੀ ਗੱਲ ਕਰ ਰਹੇ ਆ। ਇਹ ਸੋਚ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚ ਗਏ, ਸਾਰਾ ਗੋਇੰਦਵਾਲ ਸਾਹਿਬ ਘੁੰਮਿਆ, ਜਿਉਂ ਜਿਉਂ ਵਡਿਆਈ ਵੇਖਦੇ, ਸੰਗਤਾਂ ਦੀ ਭੀੜ ਵੇਖਦੇ, ਤਿਉਂ ਤਿਉਂ ਹੋਮੇ ਨੂੰ ਠੋਕਰ ਵੱਜ ਰਹੀ ਹੈ, ਬੰਦੇ ਨੂੰ ਦੁੱਖ ਕੋਈ ਨਹੀਂ ਹੈ। ਸਾਨੂੰ ਦੁੱਖ ਕਾਹਦੇ ਆ, ਗਮ ਕਾਹਦੇ ਆ, ਕਿਉਂਕਿ ਸਾਡੀ ਹੋਮੇ ਨੂੰ ਸੱਟ ਵੱਜ ਜਾਂਦੀ ਹੈ, ਈਗੋ ਹਰਟ ਹੋ ਜਾਂਦੀ ਹੈ, ਇਸੇ ਰੌਲੇ ਪਿੱਛੇ ਬੰਦਾ ਸਾਰੀ ਜ਼ਿੰਦਗੀ ਦੁਖੀ ਹੁੰਦਾ ਰਹਿੰਦਾ, ਲੋਕਾਂ ਨਾਲ ਵਾਲ ਛਾਲ ਪ੍ਰੇਮ ਕਰਦਾ ਰਹਿੰਦਾ। ਬਾਬਾ ਦਾਤੂ ਜੀ ਵੇਖਦੇ ਆ ਗੁਰੂ ਅਮਰਦਾਸ ਪਾਤਸ਼ਾਹ ਸਿੰਘਾਸਣ ਤੇ ਸੁਭਾਏ ਵਾਲੇ ਭਾਗ ਨਹੀਂ ਜਾ ਗਏ, ਗੁਰੂ ਕਰਤੇ ਆ ਗਏ। ਵੇਖ ਵੇਖ ਹਰਖ ਚੜ੍ਹਦਾ ਵੀ ਗੱਦੀ ਸਾਡੀ, ਬੈਠਣਾ ਵੈ ਸੀ ਬੈਠੇ ਅਮਰਦਾਸ ਸਿੰਘ। ਹੁਣ ਮਨ ਸਮਝਾਉਣ ਵਾਲੀ ਗੱਲ ਕੋਈ ਨਹੀਂ, ਮਨ ਸਿਰਫ ਉਦੋਂ ਤੱਕ ਹੀ ਸਮਝਾਇਆ ਜਾਂਦਾ ਜਦੋਂ ਬੰਦੇ ਦੀ ਬਹੁਤ ਡਾਵਾਡੋਲ ਹੋਵੇ, ਤੇ ਜਦੋਂ ਬੰਦਾ ਮਿੱਥ ਲੈਂਦਾ ਨਾ ਵੀ ਮੈਂ ਸਿਆਣਾ, ਬਸ ਮੈਂ ਜੋ ਕਰਦਾ ਸਹੀ ਕਰਦਾ, ਉਦੋਂ ਤੁਹਾਡੀਆਂ ਲੋਕਾਂ ਦੀਆਂ ਸਲਾਹਾਂ, ਦੁਨੀਆਂ ਦੀਆਂ ਸਿਆਣਪਾਂ, ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀਆਂ ਕੋਲੇ ਰੱਖੋ, ਫਿਰ ਉਹ ਫੈਸਲੇ ਨਹੀਂ ਕਰਦਾ ਹੁੰਦਾ, ਉਹ ਫਾਸਲੇ ਬਣਾਉਂਦਾ। ਬਾਬਾ ਦਾਤੂ ਗੁਰੂ ਘਰ ਆਏ ਆ, ਸੰਗਤਾਂ ਤੇ ਸਿਰ ਸਤਿਕਾਰ ਕਰਦੇ ਨੇ ਵੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਨੇ, ਪਰ ਅੰਦਰ ਤੇ ਗੋਲ ਚੱਲਦਾ ਸੀ, ਅੰਦਰ ਤੇ ਕਪਟ ਹੈ ਵੀ ਇਸ ਗੱਦੀ ਨੂੰ ਹਾਸਲ ਕਰਨਾ ਹੀ ਮੇਰਾ ਮਕਸਦ ਹੈ। ਇਮ ਵਿਚਾਰ ਕਰਕੇ ਪ੍ਰਸਥਾਨਾ ਪਹੁੰਚੋ ਸ੍ਰੀ ਗੁਰ ਅਮਰਸਥਾਨਾ। ਮਨ ਦੇ ਵਿੱਚ ਇਹ ਪ੍ਰਪੱਕ ਕਰ ਲਿਆ ਵੀ ਸਤਿਗੁਰਾਂ ਨੂੰ ਮਾਰੇ ਤੋਂ ਬਿਨਾਂ ਮੈਨੂੰ ਗੱਦੀ ਨਹੀਂ ਮਿਲ ਸਕਦੀ,
ਇੱਕੋ ਹੀ ਤਰੀਕਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਮੈਂ ਇੱਕ ਕਿਨਾਰੇ ਕਰਦੇ ਹਾਂ, ਫਿਰ ਇਹੀ ਸੰਗਤਾਂ ਨੇ ਜੁੜੀਆਂ ਜੁੜਾਈਆਂ ਮੈਨੂੰ ਮੱਥਾ ਟੇਕਣਗੀਆਂ, ਇਹੀ ਸਿੱਖ ਮੇਰੇ ਅੱਗੇ ਪਿੱਛੇ ਫਿਰਨਗੇ, ਕਿਉਂਕਿ ਉਹਨਾਂ ਦੀ ਮਤ ਇਹ ਕਹਿੰਦੀ ਹੈ ਵੀ ਗੁਰਗੱਦੀ ਪਿਤਾ ਦੀ ਜ਼ਗੀਰ ਹੈ, ਜਿਵੇਂ ਮਰਜ਼ੀ ਲੈ ਲਓ, ਸ਼ਾਇਦ ਜ਼ਮਾਨਾ ਪਿੱਛੇ ਤੁਰਿਆ ਕਰੂਗਾ, ਇਹ ਜ਼ਰੂਰੀ ਨਹੀਂ ਹੁੰਦਾ। ਧਰਮ ਦੀ ਦੁਨੀਆਂ ਵਿੱਚ ਬੜੇ ਸਾਧੂ ਹੋਏ, ਉਹਨਾਂ ਦੀਆਂ ਔਲਾਦਾਂ ਖਾਲੀ ਦੁਨੀਆਂ ਬਣਦੀ ਹੈ, ਕੋਈ ਪਾਣੀ ਨਹੀਂ ਪੁੱਛਦਾ। ਵੱਡੇ ਵੱਡੇ ਸਾਇੰਟਿਸਟ, ਰੁਤਬਿਆਂ ਤੇ ਬੈਠਣ ਵਾਲੇ ਲੋਕ, ਰਾਜਨੀਤੀ ਦੇ ਵਿੱਚ ਉਹਨਾਂ ਦੇ ਧੀਆਂ ਪੁੱਤਾਂ ਨੂੰ ਪੁੱਛਦਾ ਹੀ ਕੋਈ ਨਹੀਂ, ਕਿਉਂਕਿ ਲਿਆਕਤ ਨਹੀਂ ਹੈ, ਗੁਣ ਨਹੀਂ ਹੋਏ। ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪੁੱਤਰ ਨੇ ਇਸੇ ਕਰਕੇ ਸਤਿਕਾਰ ਹੈ, ਪਰ ਇਹ ਉਹ ਸਤਿਕਾਰ ਨੂੰ ਅੱਜ ਖੋਰਾ ਲਾਉਣ ਲੱਗੇ। ਅੱਜ ਕਿਸੇ ਨੇ ਇਹ ਨਹੀਂ ਸਮਝਾਇਆ ਵੀ ਤੂੰ ਕਰਨ ਕੀ ਚੱਲਿਆ, ਸਭ ਇਹੀ ਮਤ ਦਿੰਦੇ ਸੀ ਤੇਰਾ ਹੱਕ ਹੈ ਤੈਨੂੰ ਲੈ ਲੈਣਾ ਚਾਹੀਦਾ, ਪਿੱਛੇ ਵੀ ਹਟਣਾ ਚਾਹੀਦਾ। ਮਨ ਸਮਝਾ ਕੇ ਆਏ ਆ ਸਤਿਗੁਰਾਂ ਨੂੰ ਦੂਰੋਂ ਵੇਖ ਵੇਖ, ਅੰਦਰੋਂ ਅੰਦਰ ਘੁਣ ਵਾਂਗ ਖਾ ਰਹੇ ਆ, ਗੁੱਸਾ ਚੜਦਾ ਜਾਂਦਾ ਏ। ਲੱਗਿਓ ਦੀਵਾਨ ਬਰਜੈ ਬੀਸ਼, ਦਰਸ਼ਨ ਮਿਲੇ ਊਚਿਅਰ ਨੀਚ। ਇਸ ਦਰਬਾਰ ਵਿੱਚ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ, ਊਚ ਨੀਚ ਦਾ ਕੋਈ ਭੇਦ ਨਹੀਂ, ਹਜ਼ਾਰਾਂ ਦਾ ਇਕੱਠ ਹੈ। ਇਹ ਇਕੱਠ ਵੇਖ ਖੁਸ਼ੀ ਨਹੀਂ, ਮਨ ਨੂੰ ਝੋਲਾ ਲੱਗਦਾ, ਕਾਸ਼ ਇਸ ਗੱਦੀ ਤੇ ਮੈਂ ਹੁੰਦਾ, ਇੰਨੀ ਸੰਗਤ ਮੇਰੇ ਨਾਲ ਹੁੰਦੀ। ਜਦ ਬੰਦਾ ਨਾ ਹਰ ਥਾਂ ਤੇ ਆਪਣੇ ਆਪ ਨੂੰ ਵੇਖਣ ਲੱਗ ਜਾਓ, ਜ਼ਿੰਦਗੀ ਚ ਸੁਖੀ ਨਹੀਂ ਰਹਿ ਸਕਦਾ, ਇਹ ਬਹੁਤ ਵੱਡਾ ਅੰਤਰ ਹੈ। ਦੂਜਿਆਂ ਨੂੰ ਦੂਜਿਆਂ ਦੀ ਥਾਂ ਤੇ ਰਹਿਣ ਦਿਓ, ਹਰ ਥਾਂ ਤੇ ਇੰਜੀਨੀਅਰ ਨਾ ਸਮਝੀਏ, ਹਰ ਥਾਂ ਤੇ ਆਪਣੇ ਆਪ ਨੂੰ ਸਿਆਣੇ ਨਾ ਸਮਝੀਏ। ਕਈ ਵਾਰ ਹੁੰਦਾ ਹੈ ਆਪਾਂ ਆਪਣੇ ਘਰ ਚ ਮਿਸਤਰੀ ਲਾ ਲਈਏ, ਕੋਈ ਵੀ ਲੱਗਦਾ ਮਿਸਤਰੀ ਤੋਂ ਵੱਧ ਘਰ ਦਾ ਮਾਲਕ ਸਿਆਣਾ ਬਣਿਆ ਰਹਿੰਦਾ, ਇੱਥੇ ਨੱਟ ਲਾ ਦੇ, ਇੱਥੇ ਕੱਸ ਦੇ, ਉਹ ਵੀ ਸੋਚਦਾ ਵੀ ਯਾਰ ਜੇ ਇੰਨਾ ਤੈਨੂੰ ਆਉਂਦਾ ਸੀ ਸਾਨੂੰ ਖੱਜਲ ਕਰਨ ਦੀ ਲੋੜ ਕੀ ਸੀ। ਉਹ ਹੀ ਸਿਆਣਪਾਂ ਦੇ ਕਾਰਨ ਲੱਖਾਂ ਰੁਪਈਆ ਲਾਉਣ ਤੋਂ ਬਾਅਦ ਵੀ ਬੰਦਾ ਸਾਰੀ ਜ਼ਿੰਦਗੀ ਪਛਤਾਉਂਦਾ ਰਹਿੰਦਾ, ਕਰ ਨਹੀਂ ਸਕਦਾ ਕੁਛ, ਕਿਉਂਕਿ ਉਹਨੇ ਆਪਣੀ ਸਿਆਣਪ ਵਰਤੀ। ਦੂਜਾ ਕਹਿੰਦਾ ਫਿਰ ਤੂੰ ਕਰ ਲਾ ਭਾਈ, ਤੇਰੇ ਮੁਤਾਬਕ ਕਰ ਦਿੰਦੇ ਸਾਡੀ ਕੋਲ ਜਾਵੇਗਾ। ਗੁਰੂ ਘਰ ਆਇਆ ਬਾਬਾ ਦਾ, ਅੰਦਰ ਸਿਆਣਪ ਚੱਕੀ ਬੈਠਾ ਹੈ, ਸਿੱਖ ਸੰਗਤਾਂ ਵੱਲ ਵੇਖ ਵੇਖ ਉਹ ਸੋਚਦਾ ਇਹ ਸੰਗਤ ਕੋਈ ਗੱਲ ਨਹੀਂ ਜੀ, ਅੱਜ ਮੇਰੇ ਨਾਲ ਨਹੀਂ ਕੱਲ ਮੇਰੇ ਨਾਲ ਹੋਊਗੀ, ਕੱਲ ਤੋਂ ਬਾਅਦ ਮੈਨੂੰ ਜ਼ਮਾਨਾ ਮੱਥੇ ਟੇਕੂਗਾ। ਉਹ ਟੇਕਤ ਹੈ ਮਾਥ ਅਗਾਰੀ, ਉਹ ਬੇਨਤੀ ਕਰ ਜੋਰ ਉਚਾਰੀ। ਅਮਰਦਾਸ ਪਾਤਸ਼ਾਹ ਜੀ ਨੇ ਬਾਬਾ ਦਾਤੂ ਜੀ ਨੂੰ ਦੂਰੋਂ ਵੇਖਿਆ, ਪਾਤਸ਼ਾਹ ਨੇ ਬੜੇ ਅਦਬ ਨਾਲ ਸਿੱਖਾਂ ਨੂੰ ਆਖਿਆ ਇਹਨਾਂ ਨੂੰ ਲੈ ਕੇ ਆਓ, ਪਰ ਕਿਸੇ ਨੂੰ ਕੀ ਪਤਾ ਹੈ, ਸਤਿਗੁਰੂ ਜਾਣਦੇ ਆ ਕੇਵਲ, ਕੋਈ ਹੋਰ ਨਹੀਂ ਜਾਣਦਾ ਇਹਦੇ ਮਨ ਵਿੱਚ ਕੀ ਚੱਲਦਾ ਹੈ, ਕਪਟ ਹੈ, ਫਰੇਮ ਹੈ, ਪ੍ਰੇਮ ਹੈ, ਕੋਈ ਨਹੀਂ ਸਿੱਖਦਾ। ਸਿੱਖ ਅਦਬ ਨਾਲ ਅੱਗੋਂ ਲੈਣ ਆਏ, ਬਾਬਾ ਦਾਤੂ ਜੀ ਕਿਸੇ ਨਾਲ ਨਹੀਂ ਬੋਲੇ, ਉਹ ਤੇ ਖਿਜੇ ਪਏ ਆ ਵੀ ਇਹ ਤੇ ਮੇਰੇ ਸੇਵਕ ਨੇ ਸਾਰੇ, ਇਹ ਤੇ ਮੈਨੂੰ ਮੱਥਾ ਟੇਕਣ ਵਾਲੇ ਸੀ, ਅੱਜ ਸਾਨੂੰ ਇੱਥੇ ਖੜਨਾ ਪੈ ਗਿਆ ਤੇ ਸਾਡੀ ਗੱਦੀ ਤੇ ਕੋਈ ਹੋਰ ਬੈਠਾ ਹੈ। ਇੰਨੀ ਈਰਖਾ ਸੀ ਮਨ ਦੇ ਵਿੱਚ, ਇਹੀ ਸੋਚ ਸੋਚ ਅੰਦਰੋਂ ਝੁਰਦੇ ਹਨ। ਉਹ ਬੈਠੇ ਸਿਮਰੈ ਸਤਨਾਮੋ, ਗਾਏ ਰਬਾਬੀ ਧੁਨ ਅਬਰਾਮੋ। ਜਦੋਂ ਰਬਾਬੀ ਸਿੱਖਾਂ ਵੱਲ ਵੇਖਿਆ, ਮਾਇਆ ਦੇ ਢੇਰ ਉਹਨਾਂ ਅੱਗੇ ਲੱਗੇ ਆ, ਬੜੇ ਸੋਹਣੇ ਉਹ ਸ਼ਬਦ ਗਾ ਰਹੇ ਆ, ਕਹਿੰਦੇ ਮਨ ਹੋਰ ਸੜ ਹੋ ਗਿਆ,
ਬਣਾ ਮੇਰਿਆ ਇੱਥੇ ਸਾਡੀ ਵਿਰਾਸਤ ਸੀ। ਵੇਖੋ ਹੁਣ ਜੇ ਕੋਈ ਆਖੇ ਵੀ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ, ਫਿਰ ਬਾਬੇ ਦਾਤ ਨੂੰ ਕਿਉਂ ਨਹੀਂ ਮਿਲੀ? ਆਖੋ ਸਤਿਨਾਮ। ਜੇ ਰੱਬ ਦੇ ਘਰ ਬੈਠੇ ਆ ਕੋਈ ਮੁਕਤ ਹੁੰਦਾ ਹੈ, ਫਿਰ ਅਸੀਂ ਦੂਜਿਆਂ ਨੂੰ ਪਖੰਡੀ ਕਿਉਂ ਕਹਿ ਰਹੇ ਹਾਂ ਵੀ ਗੰਗਾ ਤੇ ਲੋਕ ਤੁਰੇ ਫਿਰਦੇ ਤੁਸੀਂ ਮੁਕਤ ਨਹੀਂ ਹੋਣਾ? ਕਿ ਗੁਰੂ ਘਰ ਆਇਆ ਮੁਕਤ ਹੋ ਜਾਣਗੇ? ਬਿਲਕੁਲ ਨਹੀਂ ਹੋਵਾਂਗੇ। ਜੇ ਸੁਰਤ ਸਾਡੀ ਬਾਬੇ ਦਾਤੂ ਵਾਲੀ ਹੈ ਨਾ, ਜੇ ਸੁਰਤ ਚ ਸਾਡੇ ਪ੍ਰੇਤੀ ਚੰਦ ਵਰਤਦੇ ਆ, ਜੇ ਸਾਡੀ ਸੁਰਤ ਵਿੱਚ ਬਾਬਾ ਰਾਮ ਰਾਏ ਦੇ ਖਿਆਲ ਨੇ ਉਹੋ ਜਿਹੇ ਆ, ਮੈਂ ਕਹਿੰਦਾ ਗੁਰੂ ਘਰ ਮਹਿਲ ਪਾ ਕੇ ਵੀ ਬਹਿ ਦਿਓ, ਕਦੇ ਭਲਾ ਨਹੀਂ ਹੋਣਾ। ਸਤਿਨਾਮ। ਭਲਾ ਤਾਂ ਹੋਣਾ ਜੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਸ਼ਰਧਾ ਰੱਖਾਂਗੇ, ਗੁਰੂ ਗੁਰੂ ਮੰਨਾਂਗੇ। ਬਾਬਾ ਦਾਤੂ ਜੀ ਵੀ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਆ, ਇਹਨਾਂ ਤੇ ਅਸਰ ਕਿਉਂ ਨਹੀਂ ਹੋਇਆ? ਕਿਉਂਕਿ ਕਰਨ ਵਾਲੇ ਬਦਲਣੇ ਨਹੀਂ ਚਾਹੁੰਦੇ, ਗੁਰੂ ਬਦਲਣ ਵਾਸਤੇ ਬੈਠੇ ਆ। ਪਰ ਬੰਦੇ ਆ, ਇਹ ਤੇਰੇ ਹੱਥ ਦੇ ਵਿੱਚ ਹੈ, ਤੂੰ ਕੀ ਖੱਟਣਾ ਤੇ ਕੀ ਲਵਾਉਣਾ। ਧਰਮ ਦੀ ਦੁਨੀਆ 'ਚ ਆ ਕੇ ਬੰਦਾ ਮਾੜੇ ਕੰਮ ਕਰੇ ਤੇ ਕੋਈ ਬਖਸ਼ ਨਹੀਂ ਸਕਦਾ, ਰੱਬ ਵੀ ਨਹੀਂ ਬਚਾ ਸਕਦਾ। ਤੇ ਜੇ ਬੰਦਾ ਚਾਹੇ ਵੀ ਮੈਨੂੰ ਸ਼ਾਂਤੀ ਰੱਬ ਦੇ ਘਰ ਮਿਲਦੀ, ਉਹ ਸ਼ਰਧਾ ਨਾਲ ਆਊਗਾ ਤੇ ਸ਼ਾਂਤੀ ਛੱਡੋ, ਸੁੱਖ ਤੇ ਆਨੰਦ ਸਾਰਾ ਕੁਛ ਮਿਲਦਾ। ਤੁਸੀਂ ਕਹੋ ਜੀ ਮੈਂ ਸੁਖੀ ਨਹੀਂ ਹੋਣਾ, ਤੁਹਾਨੂੰ ਕੌਣ ਕਰ ਸਕਦਾ? ਦੁਨੀਆਂ ਦੇ ਸੁੱਖ ਤੁਹਾਨੂੰ ਲਿਆ ਕੇ ਦੇ ਦਿਓ, ਜਿਹੜਾ ਬੰਦਾ ਖੁਸ਼ ਨਹੀਂ ਨਾ, ਉਹਨੂੰ ਕਰੋੜਾਂ ਦੀ ਗੱਡੀ ਲਿਆ ਕੇ ਦੇ ਦਿਓ, ਉਹਨੂੰ ਵੀ ਉਹਨੇ ਨੱਕ ਮੁੱਲ ਕੱਢ ਦੇਣਾ, ਆ ਨਹੀਂ ਸੀ ਉਹ ਲੈਣੀ ਸੀ, ਖੁਸ਼ ਨਹੀਂ ਹੋਏਗਾ। ਜੋ ਇਨਸਾਨ ਜੀਵਨ ਵਿੱਚ ਖੁਸ਼ ਨਹੀਂ ਹੋ ਸਕਦਾ, ਉਹਨੂੰ ਜਿੱਥੇ ਮਰਜ਼ੀ ਭੇਜ ਦਿਓ, ਉਹਨੇ ਉੱਥੇ ਵੀ ਕਹਿਣਾ ਹੈ ਇੱਥੇ ਵੈਦਰ ਸਹੀ ਨਹੀਂ, ਇੱਥੇ ਲੋਕ ਚੰਗੇ ਨਹੀਂ, ਇੱਥੇ ਆਹ ਕੰਮ ਨਹੀਂ ਹੁੰਦਾ, ਮਤਲਬ ਮੈਂ ਚੰਗਾ ਲੋਕ ਬਾਰੇ ਪ੍ਰੋਬਲਮ ਸਾਰੀ ਇਹੀ ਬਣੀ ਹੈ। ਬਾਬਾ ਦਾਤੂ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਆਏ ਆ, ਜਿਨ੍ਹਾਂ ਦੇ ਦਰ ਤੇ ਆਇਆ ਨਿਵਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਆਸਰਾ ਮਿਲਦਾ ਹੈ, ਜਿਨ੍ਹਾਂ ਨੂੰ ਓਟ ਨਹੀਂ ਕੋਈ ਓਟ ਮਿਲਦੀ ਹੈ, ਨਿਧਰਿਆਂ ਨੂੰ ਧੀਰਜ ਮਿਲਦਾ ਹੈ, ਨਡਰਿਆਂ ਨੂੰ ਡਰ ਤੋਂ ਰਹਿਤ ਕਰ ਦੱਸੇ ਆ। ਉਸ ਪਾਤਸ਼ਾਹ ਦੇ ਦਰ ਤੇ ਆ ਕੇ ਇੱਕ ਹੀ ਸੀਮਾ ਸੀ, ਜਿਹੜਾ ਸ਼ਾਂਤ ਨਹੀਂ ਹੋਇਆ ਹੋਰ ਸੜ ਰਿਹਾ। ਸਤਿਨਾਮ। ਰੱਬ ਨੂੰ ਵੇਖ ਵੇਖ ਸੜ ਰਿਹਾ। ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ, ਸਤਿਗੁਰਾਂ ਦੀ ਮਹਿਮਾ ਰਬਾਬੀ ਸਿੰਘ ਕੀਰਤਨ ਕਰਦੇ ਵੀ ਉਹਨਾਂ ਨੂੰ ਬੁਰੇ ਲੱਗਦੇ ਨੇ। ਉਹ ਇੱਕ ਚਿੱਤ ਵੈ ਸ਼ਬਦ ਸੁਣਤ ਹੈ, ਕੋ ਮਨ ਬਿਖੇ ਵਿਚਾਰ ਗੁਨਤ ਹੈ। ਇਸੇ ਕਤਾਰ ਜੀ ਖੜੇ ਰਹੇ, ਵੇਖਦੇ ਸੰਗਤਾਂ ਹੱਥ ਜੋੜ ਕੇ ਬੈਠੀਆਂ, ਅਰਦਾਸਾਂ ਕਰਦੀਆਂ, ਮਨ ਪਤਾ ਕੀ ਕਹਿੰਦਾ? ਇਹ ਪਖੰਡੀ ਨੇ ਤਾਂ, ਇਹ ਪਖੰਡ ਕਰਦੇ। ਇਹ ਨਜ਼ਰੀਆ ਜੀ ਤੁਹਾਡਾ, ਸਾਡਾ ਨਜ਼ਰੀਆ ਵੇਖੋ ਕਿੱਦਾਂ ਦਾ ਹੁੰਦਾ। ਉਹੀ ਕੰਮ ਬਗਾਨਾ ਬੱਚਾ ਕਰੇ, ਅਸੀਂ ਪੁੱਤ ਪੁੱਤ ਕਵਾਂਗੇ, ਉਹ ਕੰਮ ਸਾਡਾ ਆਪਣਾ ਕਰਦੇ। ਧੀ ਰਾਹ ਕਰੇ, ਮਾਂ ਕਹਿੰਦੀ ਫਿਰ ਕੀ ਹੋਇਆ, ਨੂੰ ਕਰਦੇ ਹੈ ਉਹੀ ਹੈ ਜਿਹੜੀ ਰੋਜ਼ ਇਹ ਕਹਿੰਦੀ ਹੈ ਮੇਰੀ ਧੀ ਜਵਾਈ ਨੂੰ ਕਾਬੂ ਰੱਖੇ, ਤੇ ਫਿਰ ਜਦੋਂ ਉਹ ਨੂੰਹ ਵਾਲੇ ਪਾਸੇ ਗੱਲ ਚੱਲੇ ਫਿਰ ਕਹਿੰਦੀ ਮੇਰਾ ਪੁੱਤ ਬੇਗਾਨੀ ਦੇ ਕਾਬੂ ਆਇਆ ਹੋਇਆ। ਮਾਂ ਇੱਕੋ ਹੀ ਹੈ, ਔਰ ਉਹੀ ਹੈ, ਉਹਦੀ ਸੋਚ ਦੇ ਪੈਰਾਮੀਟਰ ਵੱਖ ਵੱਖ ਨੇ, ਉਹਦੀ ਨੂੰਹ ਲਈ ਹੋਰ ਤਰੀਕੇ ਨਾਲ ਸੋਚਦੀ ਹੈ, ਧੀ ਲਈ ਹੋਰ ਤਰੀਕੇ ਨਾਲ ਸੋਚਦੀ। ਮੇਰੀ ਧੀ ਦੀ ਘਰ ਚ ਸਰਦਾਰੀ ਹੋਵੇ ਤੇ ਬੇਗਾਨੀ ਧੀ ਸਾਡੇ ਘਰ ਵਿੱਚ ਆ ਕੇ ਉੱਚਾ ਬੋਲੇ ਨਾ, ਪਤਾ ਕਿ ਉਹੀ ਹੈ, ਸੋਚ ਦਾ ਫਰਕ ਹੈ। ਧਰਮ ਦੀ ਦੁਨੀਆਂ ਵਿੱਚ ਆ ਕੇ, ਗੁਰੂ ਦੇ ਘਰ ਵਿੱਚ ਆ ਕੇ ਜੇ ਸੋਚ ਨਾ ਬਦਲੀ,
ਫਿਰ ਕੁਛ ਨੀ ਬਦਲਣਾ ਸਤਨਾਮ ਵੀ ਚਲੋ ਨੱਕ ਘਸਾਉਂਦਿਆਂ ਕੁਛ ਨੀ ਹੋਣਾ ਜੀ। ਮੈਂ ਵੇਖਿਆ ਲੋਕ 50-50 ਸਾਲ ਹੋ ਗਏ ਧਰਮ ਦੀ ਦੁਨੀਆਂ ਨਾਲ ਜੁੜੇ ਹੋਏ, ਕ੍ਰੋਧ ਨੀ ਮਾਰ ਸਕੇ, ਕਾਮ ਨੀ ਹਟਾ ਸਕੇ। ਧਾਰਮਿਕ ਬੰਦਿਆਂ ਚ ਕਾਮ ਬਹੁਤ ਹੁੰਦਾ ਜੀ, ਇਹ ਕੌੜਾ ਸੱਚ ਹੈ, ਚੁਭਦਾ ਵੀ ਹੋਊ ਕੌੜਾ ਨਹੀਂ। ਜਿਉਂ ਜਿਉਂ ਬੰਦਾ ਧਰਮੀ ਹੋਏਗਾ ਤਿਉਂ ਤਿਉਂ ਕ੍ਰੋਧੀ ਹੋਏਗਾ, ਤਿਉਂ ਤਿਉਂ ਕਾਮੀ ਹੋਏਗਾ, ਤਿਉਂ ਤਿਉਂ ਉਹਦੇ ਵਿੱਚ ਵਿਕਾਰ ਵਧਣਗੇ। ਪਰ ਜਿੱਦਣ ਦ੍ਰਿਸ਼ਟੀ ਗੁਰੂ ਦੀ ਹੋ ਗਈ ਤਿਉਂ ਤਿਉਂ ਸਭ ਨਿਕਲ ਜਾਣਗੇ। ਆਖੋ ਸਤਨਾਮ। ਜੇ ਤੇ ਮੈਂ ਧਰਮੀ ਆ ਫਿਰ ਤੇ ਵਿਕਾਰ ਬੜੇ ਆ, ਜੇ ਗੁਰੂ ਦੀ ਕਿਰਪਾ ਫਿਰ ਇੱਕ ਵੀ ਹੈ ਨੀ। ਜੇ ਗੁਰੂ ਦੀ ਬਖਸ਼ਿਸ਼ ਹੈ, ਧਰਮੀ ਦੋ ਤਰ੍ਹਾਂ ਦੇ ਆ, ਇੱਕ ਨੂੰ ਗੁਰੂ ਨੇ ਬਣਾਇਆ, ਇੱਕ ਆਪੋ ਬਣਿਆ। ਬਾਬਾ ਦਾਦੂ ਗੁਰੂ ਘਰ ਚ ਰਹੇ, ਪਿਤਾ ਗੁਰੂ ਨੇ, ਮਾਤਾ ਜੀ ਬ੍ਰਹਮ ਗਿਆਨੀ ਨੇ, ਸੰਗਤਾਂ ਦੇ ਵਿੱਚ ਰਹੇ ਸਾਰਾ ਜੀਵਨ। ਕੀ ਮਨ ਬਦਲਿਆ? ਜੇ ਬਦਲਿਆ ਤੇ ਫਰਾਂ ਦੇ ਇੱਥੇ ਵੀ ਕਰਨਾ ਹੈ, ਆਹ ਕੁਛ ਕਿਉਂ ਕਰਦੇ ਆ? ਬਸ ਰੌਲਾ ਮਨ ਹੈ। ਬੜੀ ਵਾਰ ਬੜੀਆਂ ਥਾਵਾਂ ਤੇ ਬੇਨਤੀ ਇਹੀ ਕਰਦੇ ਆ, ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਹਾਲ ਜਾ ਕੇ ਵੇਖ ਲਓ, ਗੁਰਦੁਆਰਿਆਂ ਚ ਕੀ ਕੁਛ ਹੈ, ਮੰਦਰਾਂ ਚ ਕੀ ਕੁਛ ਹੈ। ਉਹ ਲੋਕ ਲੋਕਾਂ ਨੂੰ ਬਦਲਦੇ ਰਹਿ ਗਏ ਪਰ ਆਪ ਬਦਲੇ ਨਹੀਂ। ਸਗੋਂ ਧਰਮੀ ਹੋਣ ਤੋਂ ਪਹਿਲਾਂ ਕਿਤੇ ਚੰਗੇ ਸੀ, ਹੁਣ ਉਹਨਾਂ ਵਰਗਾ ਠੱਗ ਤੇ ਬੇਈਮਾਨ ਕੋਈ ਨਹੀਂ, ਉਹ ਨਹੀਂ ਬਦਲ ਸਕਦੇ। ਉਹਨਾਂ ਨੂੰ ਕੋਈ ਰੱਬ ਨਹੀਂ ਬਚਾ ਸਕਦਾ। ਕਿਉਂ? ਅੰਦਰ ਕਪਟ ਹੈ, ਅੰਦਰ ਛਲ ਹੈ, ਅੰਦਰ ਫਰੇਬ ਹੈ। ਉਹ ਭਾਵੇਂ ਦੁਨੀਆਂ ਦੇ ਕਿਸੇ ਮਸਜਿਦ ਚ ਬੈਠਾ ਹੋਵੇ, ਮੰਦਰ ਚ ਬੈਠਾ ਹੋਵੇ, ਕੋਈ ਧਾਰਮਿਕ ਥਾਂ ਤੇ ਜਾਂਦਾ ਹੋਵੇ, ਜੇ ਮਨ ਨਹੀਂ ਬਦਲਿਆ ਤੇ ਕੁਛ ਨਹੀਂ ਬਦਲਿਆ। ਗੁਰੂ ਬਦਲਦੇ ਹੀ ਮਨ ਨੂੰ। ਸਾਰੀ ਗੁਰਬਾਣੀ ਦਾ ਸੋਰਸ ਹੀ ਮਨ ਨੂੰ ਸਮਝਾਉਣਾ। ਜੇ ਮਨ ਸਿੱਧੇ ਹੀ ਨਾ ਹੋਇਆ ਤੇ ਗੱਲ ਕਰਦੀ ਹੋ, ਬਾਣੀ ਕਹਿੰਦੀ ਨਾ ਮਨ ਸਾਧੇ ਸਿੱਧ ਹੋਈ। ਜੇ ਮਨ ਸਿੱਧਾ ਹੋਊਗਾ ਤਾਂ ਸਾਧਨਾ ਹੋਣੀ ਹੈ। ਮਨ ਤੇ ਕਪਟੀ ਆ, ਪਾਠ ਕਰਦਾ ਵੀ 100 ਵਾਰ ਫਰੇਮ ਕਰਦਾ, ਮੱਥਾ ਟੇਕਦਾ ਵੀ 100 ਵਾਰ ਸੋਚਦਾ, ਬਾਹਰੋਂ ਆਊ ਮਨ ਚ ਖਿਆਲ ਹੁੰਦਾ ਚੱਲ ਅੱਜ ਗੁਰੂ ਕੀ ਬੋਲੋ ਵਿੱਚ 100 ਰੁਪਈਆ ਪਾ ਲਈਏ, ਨੇੜੇ ਜਾ ਕੇ ਸੋਚਦਾ ਚੱਲ 10 ਹੀ ਦੇ ਇਹਦੇ ਹੋਰ ਚੱਲ ਜਾ। ਇਹ ਕਪਟੀ ਦੀ ਹੋ ਗਈ। ਗੁਰੂ ਨੂੰ ਤੇਰੇ ਨਾ 10 ਦੀ ਲੋੜ ਆ, ਨਾ 100 ਦੀ ਲੋੜ ਹੈ। ਗੁਰੂ ਨੂੰ ਤੇਰੀ ਭਾਵਨਾ ਦੀ ਲੋੜ ਸੀ, ਪਰ ਬੰਦਿਆ ਤੂੰ ਰੱਬ ਨਾਲ ਵੀ ਕਪਟ ਖੇਡੀ ਜਾਂਦਾ, ਤੂੰ ਪਰਮਾਤਮਾ ਦੇ ਕੋਲ ਬੈਠਾ ਵੀ ਰਾਂਝਾ ਕਰੀ ਜਾਂਦਾ। ਜੇ ਮਨ ਹੀ ਨਾ ਬਦਲਿਆ ਫਿਰ ਫਾਇਦਾ ਕੋਈ ਨਹੀਂ, ਕੋਈ ਫਾਇਦਾ ਨਹੀਂ ਧਰਮੀ ਹੋਣ ਦਾ। ਸਗੋਂ ਉਹ ਬੰਦਾ ਪਖੰਡੀ ਬਣ ਜਾਂਦਾ। ਪਖੰਡੀ ਕਹਿੰਦੇ ਕੀ ਹੋਣਾ? ਵੀ ਦਿਖਾਵੇ ਦਾ ਧਰਮੀ ਹੈ ਪਰ ਅੰਦਰ ਤੇਰੇ ਰੰਗ ਨਹੀਂ। ਬਾਬਾ ਦਾਤੂ ਜੀ ਲਈ ਇਹ ਸ਼ਬਦ ਢੁੱਕ ਰਹੇ ਨੇ। ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਨੇ, ਸਨਮਾਨ ਹੈ, ਸਤਿਕਾਰ ਹੈ, ਪਰ ਅੰਦਰ ਨਹੀਂ ਬਦਲਿਆ। ਜਿਸ ਦਰ ਤੇ ਆ ਕੇ ਤਪਦਿਆਂ ਨੂੰ ਸ਼ਾਂਤੀ ਮਿਲਦੀ ਸੀ, ਉਸ ਘਰ ਵਿੱਚ ਆ ਗੁਰੂ ਤਪੇ ਪਏ ਨੇ। ਗੁਰੂ ਅਮਰਦਾਸ ਪਾਤਸ਼ਾਹ ਨੂੰ ਵੇਖ ਠੰਡ ਨਹੀਂ ਪਈ, ਸਗੋਂ ਸੜ ਬਲ ਗਏ ਨੇ। ਯਥਾ ਸ਼ੰਭ ਮੁਨ ਗਨ ਕੇ ਮਾਹੀ, ਪਾਵਨ ਸਭਾ ਸ਼ੁਭਤ ਹੈ ਤਾਹੀ। ਜਿਵੇਂ ਚੰਦ ਨੂੰ ਵੇਖ ਚਕੋਰ ਖਿੜਦੀ ਹੈ, ਸੂਰਜ ਨੂੰ ਵੇਖ ਚੱਕਵਾ ਖਿੜਦਾ ਹੈ, ਬੜਾ ਖੁਸ਼ ਹੈ। ਪਰ ਜੇ ਕੋਈ ਇਹ ਆਖੇ ਵੀ ਸੂਰਜ ਚੜਿਆ ਤੇ ਮੈਂ ਉਹਨੂੰ ਖੁਸ਼ ਵੇਖਿਆ, ਉਹਨੂੰ ਨੀ ਵਧੀਆ, ਉਹਨੂੰ ਚਾਨਣ ਦਾ ਕੋਈ ਭਾਰ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਆ ਕੇ ਰੋਂਦੇ ਹੱਸਦੇ ਜਾਂਦੇ ਆ, ਕਪਟੀ ਕਪਟ ਛੱਡ ਜਾਂਦੇ ਆ, ਫਰੇਬੀਆਂ ਫਰੇਬ ਛੱਡਤਾ। ਪਰ ਇੱਕ ਸੀ ਬਾਬਾ ਦਾਦੂ ਦੀ ਜਿਨ੍ਹਾਂ ਤੇ ਗੁਰੂ ਦਾ ਅਸਰ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿ ਗੁਰੂ ਚ ਕਰਾਮਾਤ ਨਹੀਂ, ਗੁਰੂ ਚ ਵਡਿਆਈ ਨਹੀਂ। ਜਿਹੜਾ ਗੁਰੂ ਦੇ ਦਰ ਤੇ ਆਇਆ ਉਹ ਆਪਣਾ ਭਾਂਡਾ ਮੁੱਧਾ ਕਰਕੇ ਆਇਆ। ਸਤਨਾਮ।
ਜੇ ਮਨ ਦਾ ਬਰਤਨ ਹੀ ਖੁਦਾ ਕੀਤਾ ਹੋਇਆ ਤੇ ਪਾਉਂਗੇ ਕੀ। ਉਹ ਈਰਖਾ ਕਰ ਰਿਹਾ ਸਤਿਗੁਰਾਂ ਨੂੰ ਵੇਖ ਵੇਖ, ਇਹਨਾਂ ਦੇ ਦਰਬਾਰ ਤੇ ਕੀ ਸੰਗਤ ਬੈਠੀ ਹੈ, ਇਹ ਤੇ ਸਾਡੇ ਪਿਤਾ ਕੋਲ ਹੁੰਦੀ ਸੀ, ਪਰ ਮੈਂ ਵਾਰਦਿਆਂ ਦਾ ਗੱਦੀ ਤੇ ਮੈਂ ਬੈਠਾ ਦਾ, ਇਹ ਸੰਗਤ ਮੇਰੀ ਹੋਏਗੀ, ਮੇਰੇ ਅੱਗੇ ਇਹੀ ਰਬਾਬੀ ਪੂਜਾ ਕਰਨਗੇ, ਮਤਲਬ ਅੱਜ ਵੀ ਹੋਵੇ ਖੜੀ ਹੈ। ਪਰ ਗੁਰੂ ਸਾਹਿਬ ਇੱਕ ਪਲ ਚ ਕੱਟ ਸਕਦੇ ਸੀ, ਕੱਟੀ ਨਹੀਂ ਬਣਦੇ, ਕਿਉਂਕਿ ਅਗਲਾ ਹੋਮੇ ਕਟਾਉਣ ਨਹੀਂ ਆਇਆ ਪਹਿਲਾਂ। ਗੁਰੂ ਉਹ ਹੀ ਬਖਸ਼ਦੇ ਆ ਜੋ ਮਨੁੱਖ ਮੰਗਦਾ ਏ। ਇੱਕ ਪਰਤਾਪ ਨਿਰਦੈ ਸਹਾਰਾ, ਭਇਓ ਕ੍ਰੋਧ ਤੇ ਸ਼ੋਪਤ ਭਰ। ਸਤਿਗੁਰਾਂ ਦੇ ਬਿਲਕੁਲ ਕਰੀਬ ਆ ਕੇ ਖੜ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਵੇਖ ਕੇ ਹੱਥ ਜੋੜੇ, ਸਤਿਗੁਰੂ ਮੁਸਕਰਾਏ ਵੀ ਗੁਰੂ ਪੁੱਤਰ ਨੇ, ਪਰ ਉਹਦੇ ਤੇ ਸਤਿਗੁਰਾਂ ਦਾ ਪ੍ਰਭਾਵ ਨਹੀਂ, ਉਹ ਖੁਸ਼ ਨਹੀਂ ਬਲ ਨੂੰ ਵੇਖ ਕੇ। ਜਿਨ੍ਹਾਂ ਨੂੰ ਵੇਖ ਵੇਖ ਨਾ ਦੇਵੀ ਦੇਵਤੇ ਖੁਸ਼ ਹੁੰਦੇ ਆ, ਜਿਨ੍ਹਾਂ ਦਾ ਇੱਕ ਦਰਸ਼ਨ ਪਾਉਣ ਲਈ ਲੱਖਾਂ ਜਨਮ ਧਾਰਨ ਕਰ ਲਈਏ ਤੇ ਕੋਈ ਭਾਗ ਜਾਗੇ ਤੇ ਗੁਰੂ ਅਮਰਦਾਸ ਜੀ ਦੇ ਦੀਦਾਰ ਹੁੰਦੇ ਆ। ਬਾਣੀ ਲਿਖਦੀ ਤਾਂ ਧੰਨ ਹਰ ਰੂਟ ਬਸੋ ਨੂੰ ਮਾਲ ਕੁਸਮ ਬਸੰਤ ਗਣਤ ਰਿਹਾ ਵੈ। ਇਹ ਗੁਣ ਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਆਖਰ ਕੀ ਕਹਿੰਦੇ ਆ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਮਨ ਆਵੈ। ਜਿਨ੍ਹਾਂ ਦੀ ਉਪਮਾ ਵਡਿਆਈ ਨਹੀਂ ਕੀਤੀ ਜਾ ਸਕਦੀ, ਸ਼ਬਦ ਮੁੱਕ ਜਾਂਦੇ ਆ, ਉਹਨਾਂ ਦੇ ਸਾਹਮਣੇ ਖਿੜੇ ਖੜੇ ਆ ਬਾਬਾ ਦਾਦੂ ਜੀ, ਸੜੇ ਪਏ ਆ, ਪ੍ਰਭਾਵ ਨਹੀਂ ਲੱਗਦਾ, ਕਿਉਂਕਿ ਗੁਰੂ ਨੂੰ ਆਪਣਾ ਬੰਦੇ ਹੀ ਕਰਦੇ। ਬਾਣੀ ਦਾ ਫੈਸਲਾ ਮਨ ਮੰਨਦੇ ਆ ਤਾਂ ਹਰ ਜਾਣੇ ਆ, ਹਰੀ ਜਾਣੇ ਆ, ਉੱਧਰ ਜਾਣਾ ਰੱਬ ਮਿਲਣਾ ਉੱਧਰ ਜਿੱਧਰ ਮਨ ਮੰਨੂਗਾ। ਤੇ ਫਿਰ ਭਗਤ ਕਬੀਰ ਜੀ ਨੇ ਉਲਾਭਾ ਵੀ ਦਿੱਤਾ, ਮਨ ਮਾਨੇ ਲੋਕ ਨਾ ਭਤੀਜੈ। ਧਾਰਮਿਕ ਲੋਕਾਂ ਨੂੰ ਇਸ਼ਾਰਾ ਕਰਕੇ ਕਹਿੰਦੇ ਆ, ਮਨ ਮਾਨੇ ਲੋਕ, ਇਹਨਾਂ ਦਾ ਮਨ ਭਤੀਜਿਆ ਨਹੀਂ, ਰਜਿਆ ਨੀ, ਭਰਿਆ ਨਹੀਂ। ਕਿਉਂ? ਨਾ ਭਤੀਜੈ ਤਾਉ ਕਿਆ ਕੀਜੈ। ਕਹਿੰਦੇ ਜੇ ਰਾਗੀ ਨੀ ਨਾਮ ਦਾ ਚੜਿਆ ਤੇ ਫਿਰ ਕਰੇਗਾ ਕੀ ਆਖੋ ਸਤਨਾਮ। ਗੁਰੂ ਘਰ ਆਇਆ ਤੂੰ ਕਦੇ ਬੰਦਗੀ ਨਾ ਕੀਤੀ, ਕਿਸੇ ਦਾ ਭਲਾਈ ਨਾ ਮੰਗਿਆ, ਤੇ ਫਾਇਦਾ ਕੀ ਹੈ? ਸਤਿਗੁਰਾਂ ਦੋਨੇ ਹੱਥ ਜੋੜੇ ਬਾਬਾ ਦਾਦੂ ਜੀ ਵਾਲੇ ਆ, ਬੜੇ ਅਦਭੁਤ ਸਹਿਜ ਮਰਦ ਨੇਤਰ ਭਰ ਕੇ ਉਹਨਾਂ ਦਾ ਚਿਹਰਾ ਵੇਖਦੇ ਆ, ਪਰ ਜਾਣ ਗਏ ਸੀ ਸੱਚੀ ਸਰਕਾਰ ਵੀ ਅੰਦਰ ਪੁੱਜਿਆ ਪਿਆ, ਅੰਦਰ ਈਰਖਾ ਭਰੀ ਹੈ। ਕਿਉਂਕਿ ਈਰਖਾ ਦਾ ਸੜਿਆ ਬੰਦਾ ਉਹਦੀ ਅੱਖ ਦੱਸ ਦਿੰਦੀ ਆ ਵੀ ਇਹ ਖੁਸ਼ ਨੀ ਤੁਹਾਡੇ ਤੋਂ, ਪਰ ਮੇਰੇ ਪਾਤਸ਼ਾਹ ਉਹਨਾਂ ਨੂੰ ਕੁਝ ਵੀ ਆਖਿਆ ਨਾ। ਅਪਰ ਕਛੂ ਤੈ ਹੋਏ ਨਾ ਸਕੇ, ਪਹੁੰਚ ਨਿਕਟ ਗੁਰ ਤਨ ਕੋ ਤਕੇ। ਜਿੱਥੇ ਮੇਰੇ ਸਤਿਗੁਰੂ ਬੈਠੇ ਆ ਉਹ ਤੋਂ ਦੂਰ, ਜਿਵੇਂ ਹਰ ਗੁਰੂ ਘਰ ਜੰਗਲਾ ਲੱਗਾ ਹੁੰਦਾ ਨਾ ਮਰਗ ਦੇ ਵਾਲੇ ਦਾ, ਸਰਕਾਰ ਸਾਹਿਬ ਸਤਿਗੁਰਾਂ ਦੇ ਅੱਗੇ ਸਿੱਖ ਖੜੇ ਸੀ, ਸੰਗਤ ਪਿੱਛੇ ਮੱਥਾ ਟੇਕਦੀ ਆ ਦੂਰੋਂ, ਪਰ ਬਾਬਾ ਦਾਤੂ ਜੀ ਅੰਦਰ ਆ ਗਏ। ਉਹਨਾਂ ਨੂੰ ਮਨਾ ਇਸ ਕਰਕੇ ਨੀ ਕੀਤਾ, ਇੱਕ ਤੇ ਗੁਰੂ ਸਾਹਿਬ ਨੇ ਮਨਾ ਨੀ ਕੀਤਾ ਵੀ ਅੰਦਰ ਆ ਰਹੇ, ਕਿਉਂਕਿ ਗੁਰੂ ਪੁੱਤਰ ਸਤਿਕਾਰ ਉਹ ਅੰਦਰ ਆ ਗਏ ਉਸ ਬਾਉਂਡਰੀ ਤੋਂ ਜਿੱਥੇ ਮੇਰੇ ਸਤਿਗੁਰੂ ਤਖਤ ਤੇ ਬੈਠੇ ਸੀ। ਕਹਿੰਦੇ ਕੋਲਾ ਖੜੇ ਕਿਹੜੇ ਪਾਸੇ? ਖੱਬੇ ਪਾਸੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਖੱਬੇ ਪਾਸੇ ਆ ਕੇ ਖੜ ਗਏ। ਕੋਈ ਸਤਿਕਾਰ ਨਹੀਂ, ਕੋਈ ਸ਼ਰਧਾ ਨਹੀਂ, ਕੋਈ ਮੱਥਾ ਨਹੀਂ ਟੇਕਿਆ, ਸਗੋਂ ਸਤਿਗੁਰਾਂ ਨੂੰ ਵੇਖ ਸੜ ਬਲ ਗਏ। ਗੁਰੂ ਨੂੰ ਵੇਖ ਰਹੇ ਆ ਬਾਬਾ ਦਾਤੂ ਜੀ, ਪਰ ਬੜਿਆ ਕੁਛ ਨਹੀਂ, ਕਿਉਂਕਿ ਅੰਦਰ ਖੁਦ ਨੂੰ ਬਦਲਣ ਵਾਲੀ ਭਾਵਨਾ ਜਗਾਈ ਕਰੇਗੀ। ਆਖੋ ਸਤਿਨਾਮ,
ਅਸੀਂ ਸਾਰੇ ਲੋਕ ਦੂਜਿਆਂ ਨੂੰ ਬਦਲਦੇ ਫਿਰਦੇ ਆ, ਤੂੰ ਅੰਮ੍ਰਿਤ ਛਕ ਲਾ, ਤੂੰ ਨਾਮ ਜਪਿਆ ਕਰ, ਕਹਿੰਦੇ ਆ ਨਾ ਸਾਰੇ, ਤੂੰ ਗੁਰੂ ਘਰ ਆਇਆ ਕਰ। ਤੇ ਜੇ ਕੋਈ ਸਾਨੂੰ ਉਂਗਲ ਕਰਕੇ ਪੁੱਛੇ ਵੀ ਤੂੰ ਭਾਈ ਜਾ ਕੇ ਗੁਰੂ ਘਰ ਕੀ ਕਰਦਾ, ਤੇਰੇ ਤੇ ਚਰਚੇ ਬਣੇ ਆ ਭਾਈ, ਤੂੰ ਨਾਮ ਕਿਹੜਾ ਜਪਦਾ, ਤੂੰ ਤੇ ਲੜਾਈਆਂ ਪਾਉਂਦੀਆਂ ਲੋਕਾਂ ਚ, ਤੂੰ ਤੇ ਲੋਕਾਂ ਦੇ ਕੱਪੜੇ ਵੇਖਦਾ ਫਿਰਦਾ, ਤੇਰੇ ਅੰਦਰ ਤੇ ਈਰਖਾ ਬੜੀ ਹੈ। ਸੱਚੀ ਉਧਰ ਸਾਨੂੰ ਸ਼ਰਮ ਆਊਗੀ ਵੀ ਅਸੀਂ ਸੋਚਦੇ ਸੀ ਸਾਨੂੰ ਜਮਾਨਾ ਚੰਗਾ, ਕਹਿੰਦੇ ਲੋਕ ਸਾਡੇ ਸੀਰਤ ਜਾਣਦੇ ਆ। ਹਾਂ, ਜਿਹੜਾ ਅੰਦਰੋਂ ਜੁੜਿਆ ਉਹਦਾ ਜੀਵਨ ਵੇਖ ਬੰਦਾ ਕਹਿੰਦਾ ਮਹਾਰਾਜ ਕਿਰਪਾ ਕਰਿਓ ਮੈਨੂੰ ਇਹਦੇ ਵਰਗਾ ਬਣਾ ਦਿਓ। ਤੂੰ ਸਾਨੂੰ ਕਹਿੰਦਾ, ਸਾਡੀ ਔਲਾਦ ਕਹਿੰਦੀ ਹੈ ਵੀ ਬਾਪੂ ਮੈਂ ਤੇਰੇ ਵਰਗਾ ਹੋ ਜਾ, ਮਾਂ ਮੈਂ ਤੇਰੇ ਵਰਗਾ ਹੋਣਾ ਚਾਹੁੰਦਾ। ਨਹੀਂ, ਕੋਈ ਗੁਆਂਢੀ ਕਹਿੰਦਾ ਵੀ ਭੈਣ ਜੀ ਅਸੀਂ ਤੁਹਾਡੇ ਵਰਗੇ ਹੋਈਏ, ਅਰਦਾਸ ਕਰਦੇ ਹਾਂ ਵੀ ਭਾਈ ਸਾਹਿਬ ਤੁਹਾਡੀ ਕਿਰਪਾ ਸਾਡੇ ਤੇ ਹੋ ਜੇ, ਸਗੋਂ ਸਾਨੂੰ ਵੇਖ ਅਗਲਾ ਪਹਿਲਾਂ ਵੇਖਦਾ ਵੀ ਯਾਰ ਕੰਮ ਚੱਲੇ ਆ, ਉਹ ਤਾਂ ਨਹੀਂ ਬਾਹਰ ਨਿਕਲੇ ਹੋਏ, ਪੱਕੇ ਤਾਂ ਨਹੀਂ ਲੱਗ ਗਏ, ਅਸੀਂ ਕਹਿੰਦੇ ਹਾਂ ਵੀ ਸਾਡੇ ਵਰਗਾ ਸਿੱਖ ਕੋਈ, ਇਹ ਭਲੇਖ ਹੈ। ਹਾਂ, ਗੁਰੂ ਦੀ ਨਜ਼ਰ ਤੇ ਜਿੱਦੜੇ ਆ ਗਏ ਸੱਚੀ, ਉਸ ਦਿਨ ਤੁਹਾਡੇ ਵਰਗਾ ਜਗ ਤੇ ਕੋਈ ਨਹੀਂ ਹੋਣਾ। ਇਹੀ ਤੇ ਕਸਮਤੀ ਹੈ, ਇਹੋ ਤੇ ਕਿਰਪਾ ਹੈ। ਪਰ ਅਸੀਂ ਕਿਰਪਾ ਆਪ ਹੀ ਮੰਨੀ ਫਿਰਦੇ ਹਾਂ ਵੀ ਮੈਂ ਚਾਰ ਦਿਨ ਧਰਮ ਦੇ ਥਾਂ ਤੇ ਆ ਗਿਆ, ਮੇਰੇ ਤੇ ਮਰਦ ਦੀ ਬਹੁਤ ਕਿਰਪਾ, ਮੈਂ ਸਵੇਰੇ ਉੱਠ ਜਾਂਦਾ, ਤੁਸੀਂ ਤੇ ਕਰ ਚੁੱਕੀ ਬੰਦੇ, ਤੁਸੀਂ ਆਪਣੀ ਹੋਬੀ ਦੀ ਪੜ ਚੁੱਕੀ ਬੰਦੇ ਸਰ, ਕੋਈ ਨੀ ਪੁੱਛਦਾ। ਮੀਆਂ ਮਿੱਠੂ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆ ਕੇ ਖੜ ਗਏ, ਅੱਖਾਂ ਚ ਕ੍ਰੋਧ, ਲਾਲ ਬਾਬਾ ਦਾ ਸਾਗਰਾਂ ਨੂੰ ਵੇਖ, ਉਹ ਖੁਸ਼ ਨਾ ਹੋਏ, ਇਸ ਕਰ ਔਰ ਮਹਿਲਾਤ ਪਰਿਹਾਰੇ, ਜਿਮ ਲਕਸ਼ਮੀ ਪਤ ਕੇ ਪ੍ਰਿੰਗ ਮਾਰੇ। ਪਹਿਲਾਂ ਉਹਨਾਂ ਖੜ ਕੇ ਸੰਗਤ ਵੱਲ ਵੇਖਿਆ ਵੀ ਸੰਗਤ ਆਪਣੇ ਧਿਆਨ ਚ ਰਬਾਬੀ ਕੀਰਤਨ ਕਰਦੇ ਆ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੋਨੇ ਹੱਥ ਜੋੜ ਕੋਲ ਬੁਲਾਇਆ, ਬਾਬਾ ਸ਼ੁਰ ਕੀ ਅੱਜ ਬੈਠੋ, ਇੰਨਾ ਸਤਿਕਾਰ ਵਾਲੇ ਨੇ ਦਿੱਤਾ। ਪਰ ਕਹਿੰਦੇ ਉਸ ਮੈਂ ਹੁਣ ਕੀ ਸ਼ੋਰ ਕਰਦਾ, ਫਿਰ ਵੀ ਗੁਰੂ ਕਹਿੰਦਾ ਕ੍ਰੋਧ ਵਿੱਚ ਆ ਕੇ ਈਰਖਾ ਚ ਭਰੇ, ਬਾਬਾ ਦਾਤੂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਵੱਖੀ ਵਿੱਚ ਲੱਤ ਮਾਰ ਦਿੱਤੀ। ਸਤਨਾਮ ਬਾਰੀ ਬਹੁਤ ਜ਼ੋਰ ਸੁਭਾਵਕ ਬੈਠੇ ਸੀ ਸੱਚੇ ਪਾਤਸ਼ਾਹ, ਹੁਣ ਤੁਸੀਂ ਦੱਸੋ ਵੀ ਜਿਹੜੇ ਗੁਰੂ ਨੂੰ ਲੱਤ ਮਾਰਦੇ ਆ ਉਹਨਾਂ ਦਾ ਕੀ ਇਸਤਕਾਰ ਹੋਣਾ ਚਾਹੀਦਾ। ਹੁਣ ਬੰਦਾ ਗੁਰੂ ਤੇ ਗੁਰੂ ਪੁੱਤਰ ਸੀ ਨਾ, ਜਿਹਨੇ ਗੁਰੂ ਗੱਦੀ ਤੇ ਬੈਠੇ ਸਤਿਗੁਰਾਂ ਤੇ ਹਮਲਾ ਕਰ ਦਿੱਤਾ, ਉਹ ਭਾਵੇਂ ਪ੍ਰਿਥੀ ਚੰਦ ਹੋਵੇ, ਰਾਮ ਰਾਏ ਹੋਵੇ, ਬਾਬਾ ਦਾਤੂ ਜੀ ਹੋਣ ਤੇ ਕੋਈ ਵੀ ਹੋਵੇ, ਪੰਜ ਪਿਆਰੇ ਅੱਜ ਵੀ ਕਹਿੰਦੇ ਨੇ ਜਿਹੜਾ ਇਹਨਾਂ ਨਾਲ ਵਰਤੂ ਉਹ ਸਾਡਾ ਸਿੱਖ ਹੀ ਕੋਈ ਨਹੀਂ। ਆਖੋ ਸਤਨਾਮ, ਕਿੰਨੀ ਮਰਿਆਦਾ ਪੱਕੀ, ਅੱਜ ਸਿੱਖਾਂ ਦਾ ਹਾਲ ਕਿਉਂ ਆ, ਰੋਂਦੇ ਕਿਉਂ ਫਿਰਦੇ ਥਾਂ ਥਾਂ ਤੇ, ਭੀ ਕਿਉਂ ਮੰਗਦੇ ਆ, ਮਰਿਆਦਾ ਦੀ ਕੋਈ ਇੱਕ ਗੱਲ ਦੱਸ ਦਿਓ ਜੀ ਜੋ ਸਤਿਗੁਰਾਂ ਨੇ ਕਹੀਆਂ ਅੱਜ ਦੇ ਸਿੱਖ ਮੰਨਦੇ ਹੋਣ, ਕੋਈ ਇੱਕ ਦੱਸ ਦਿਓ, ਚਾਹੇ ਕੋਈ ਅੰਮ੍ਰਿਤਧਾਰੀ ਪਰਿਵਾਰ ਹੈ ਚਾਹੇ ਬੇਅੰਮ੍ਰਿਤੀ ਆ, ਸਾਡੇ ਕਿਤੇ ਗ੍ਰਾਮਟਾਂ ਹੀ ਬਹੁਤ ਜ਼ਿਆਦਾ ਨੇ, ਇੱਕ ਪਾਸੇ ਮਰਿਆਦਾ ਰੱਖ ਲਓ, ਪੈਨ ਲੈ ਲਓ, ਕਾਪੀ ਲੈ ਲਓ, ਇਹ ਵੇਖਣਾ ਸ਼ੁਰੂ ਕਰੀਏ ਵੀ ਆ ਜਿੰਨੇ ਗੁਣ ਮਰਜ ਨੇ ਦੱਸੇ ਆ ਅੰਮ੍ਰਿਤਧਾਰੀ ਸਿੰਘ ਚ, ਕੀ ਬੰਦੇ ਆ ਤੇਰੇ ਚ ਇੱਕ ਹੈ, ਇੱਕ ਲੱਭ ਕੇ ਦਿਖਾ ਦੇਵੇ ਸੜੇ ਮੇਰੇ ਇੱਕ ਵੀ ਹੈ, ਕੀ ਮਰਦ ਨੂੰ ਲਿਖਿਆ, ਸਾਨੂੰ ਤੇ ਨੀ ਪਤਾ ਲੜੀ ਮਾਰ ਕੌਣ ਹੁੰਦਾ, ਕੁੜੀ ਮਾਰ ਕੌਣ ਹੈ, ਪੰਜ ਪਿਆਰੇ ਕਹਿੰਦੇ ਇਹਨਾਂ ਨਾਲ ਵਰਤਣਾ ਨੀ ਭਾਈ, ਤੇ ਅੱਜ ਕੱਲ੍ਹ ਧੀਆਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ ਤੇ ਜਵਾਈ ਕਿਹੋ ਜਿਹੇ ਟੋਲੇ ਹੁੰਦੇ ਆ, ਚਾਰ ਚਾਰ ਪੈਗਲਾਂ ਹੁੰਦੇ, ਬਾਪੂ ਜਥੇਦਾਰ ਹੈ, ਪੁੱਤ ਘਰੋਂ ਬਰਾਰ ਹੈ, ਲਾਗੂ ਤੇ ਦਾੜੀ ਬਸ ਤੇ ਬਾਰ, ਕਿਸੇ ਨੂੰ ਕੀ ਕਹਾਂ, ਤੁਰੀ ਫੁਲ ਕਰੀ ਹੈ, ਚੱਲੀ ਜਾਂਦਾ ਬੜਿਆ ਦਾ ਚੱਲਦਾ ਸੀ, ਪਰ ਹਾਂ ਬੰਦਗੀ ਵਾਲੇ ਬਹੁਤ ਬੈਠੇ ਆ ਸਿੱਖੀ ਚ, ਉਹ ਕਹਿੰਦੇ ਅਸੀਂ ਲੈਣਾ ਕੀ ਅੱਗੇ ਹੋ ਗਏ, ਸਾਨੂੰ ਨਾਮ ਦੇਣਾ, ਸੇਵਾ ਸਿਮਰਨ ਕਰਨਾ, ਜਿਹੜੇ ਕਰਨਗੇ ਬਣਗੇ,
ਜਿਵੇਂ ਭ੍ਰਿਗੂ ਨੇ ਲੱਕ ਮਾਰੀ ਸੀ ਨਾ ਵਿਸ਼ਨੂੰ ਜੀ ਨੇ ਲਕਸ਼ਮੀ ਦੇ ਪ੍ਰਤੀ ਵਿਸ਼ਨੂੰ ਸਨਾਤਨ ਵਚਨ ਕਥਾ ਹੈ। ਕਹਿੰਦੇ ਉਸੇ ਤਰ੍ਹਾਂ ਸਹਿਜ ਸੁਭਾਅ ਸਾਧੂ ਬੈਠੇ ਆ, ਪਤਾ ਨਹੀਂ ਹੈ ਇਸ ਤਰ੍ਹਾਂ ਦਾ ਸੰਗਤ ਨੂੰ ਵੀ ਇਹ ਕੁਛ ਹੋ ਜਾਊਗਾ। ਬਾਬਾ ਦਾਦੂ ਜੀ ਨੇ ਬਿਲਕੁਲ ਸੰਘਾਸਣ ਦੇ ਨੇੜੇ ਆ ਕੇ ਸੰਘਾਸਣ ਤੇ ਹੱਥ ਰੱਖ ਕੇ ਚਲਾ ਕੇ ਲੱਤ ਬੰਨ ਦੀ ਵਰਖੀ ਸੁਣਾਈ। ਬਹੁਤ ਜ਼ੋਰ ਦੀ ਵਰਖੀ, ਕਿਉਂਕਿ ਉਹ ਜਵਾਨ ਨੇ ਤੇ ਸਾਧੂ ਉਮਰ ਕਰਕੇ ਬਜ਼ੁਰਗ ਹਨ। ਸੰਘਾਸਣ ਤੇ ਗਿਰ ਕਰ ਪਰੇ ਬ੍ਰਿਧ ਸਰੀਰ ਕੰਪ ਕੋ ਕਰੇ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਦੋਂ ਠੱਬੀ ਵੱਖੀ ਵਿੱਚ ਲੱਤ ਵੱਜੀ ਸਤਿਗੁਰੂ ਸੰਘਾਸਣ ਤੋਂ ਸੱਜੇ ਪਾਸੇ ਡਿੱਗ ਪਏ ਭਾਈ ਦਰਬਾਰ ਚ ਡਿੱਗੇ ਆ ਸਤਿਗੁਰੂ, ਸਰੀਰ ਕੰਬ ਗਿਆ ਇੱਕਦਮ, ਕਿਉਂਕਿ ਬਜ਼ੁਰਗ ਸੰਗੀ ਹੈ, 85 ਸਾਲਾਂ 86 ਸਾਲਾਂ ਦੀ ਉਮਰ ਹੈ। ਇਸ ਉਮਰ ਵਿੱਚ ਲੱਤ ਮਾਰਨ ਵਾਲੇ ਨੇ ਪੂਰਾ ਸ਼ਰਮ ਨਾ ਕੀ, ਕਿੱਡੇ ਵੱਡੇ ਮਾੜੇ ਕਰਮ ਉਹਨੇ ਕੀਤੇ ਹੈ ਗੁਰੂ ਗੋਬਿੰਦ। ਜਦੋਂ ਲੱਤ ਸਤਿਗੁਰਾਂ ਦੇ ਵੱਜੀ ਨਾ, ਪਾਤਸ਼ਾਹ ਇੱਕਦਮ ਡਿੱਗੇ, ਕਿਉਂਕਿ ਡਿੱਗੇ ਨੇ ਸੁਭਾਗ। ਜੇ ਤੇ ਪਤਾ ਹੋਵੇ ਨਾ ਮਨੁੱਖ ਨੂੰ ਵੀ ਆਹ ਚੀਜ਼ ਵੱਜਣੀ ਹੈ, ਬੰਦਾ ਸੁਭਰ ਜਾਂਦਾ, ਸੁਭਾਵਕ ਵੱਜੀ ਹੈ ਇੱਕਦਮ। ਸਤਿਗੁਰੂ ਸੰਘਾਸਣ ਤੋਂ ਮੋਢੇ ਭਾਰ ਲੱਗੇ, ਚਿਹਰਾ ਸਤਿਗੁਰਾਂ ਦਾ ਪਰਸ਼ਨਾ ਵੱਜਿਆ, ਕੋਸ਼ਿਸ਼ ਕੀਤੀ ਉੱਠਣ ਦੀ, ਭੱਜ ਕੇ ਸਿੱਖ ਨੇੜੇ ਆਏ ਨੇ। ਮੋਹਰ ਸੰਭਾਰ ਉੱਠੇ ਤਤਕਾਲ ਗਹਿ ਦਾਤੂ ਕੇ ਚਰਨ ਕਿਰਪਾਲ। ਬੜੇ ਹੰਕਾਰ ਚ ਬਾਬਾ ਦਾਤੂ ਦੋਨੇ ਲੱਕ ਦੇ ਹੱਥ ਰੱਖ ਕੇ ਖੜੇ ਆ ਹੰਕਾਰ ਚ। ਵੇਖੋ ਦੁਨੀਆਂ ਦਾ ਨੀਚ ਕਰਮ ਕਰਕੇ ਇੱਕ ਹੰਕਾਰੀ ਬੰਦਾ ਈਰਖਾ ਦਾ ਭਰਿਆ ਅਜੇ ਵੀ ਨਹੀਂ ਡਰਿਆ, ਤੋ ਸਤਨਾਮ ਧੰਨ। ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਆਪ ਸੰਭਾਲਿਆ, ਉੱਠੇ ਨੇ ਇੱਕਦਮ। ਸਤਿਗੁਰਾਂ ਨੇ ਬਾਬਾ ਦਾਤੂ ਜੀ ਦੇ ਦੋਨੇ ਚਰਨ ਫੜ ਲਏ, ਸਤਨਾਮ। ਸੱਚੀ ਕਹਿੰਦਾ ਸਾਡੇ ਅੰਦਰ ਈਰਖਾ ਪੈਦਾ ਹੁੰਦੀ ਹੈ ਜਦੋਂ ਗੁਰੂ ਦੀ ਕਥਾ ਕਰਦੇ ਹਾਂ, ਚਰਨ ਕਹਿਣ ਨੂੰ ਵੀ ਦੀ ਇੱਕ ਸਿੱਖ ਹੋਣ ਦੇ ਨਾਤੇ ਵੀ ਸਾਡੇ ਅੰਦਰ ਗੁੱਸਾ ਆਉਂਦਾ ਹੈ ਵੀ ਸਾਡੇ ਪਾਤਸ਼ਾਹ ਦੇ ਲੱਤ ਮਾਰੀ ਯਾਰ, ਇਹ ਕੀ ਹੋ ਗਿਆ। ਹਰ ਸਿੱਖ ਕਰੂੰਗਾ, ਹਰ ਪੁੱਤ ਕਰੂੰਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਸਰੀਰ ਨਹੀਂ ਵੇਖਿਆ, ਬਾਬਾ ਦਾਤੂ ਜੀ ਦੇ ਦੋਨੇ ਚਰਨ ਫੜ ਲਏ। ਤੰਗਦੇ ਸੀ ਪਰ ਉਹ ਹੰਕਾਰੀ ਨੂੰ ਤੰਗਦੇ, ਉਹ ਉਸੇ ਤਰ੍ਹਾਂ ਖੜਾ। ਦੀਨ ਦੁਨੀਆਂ ਦੇ ਮਾਲਕ ਜਿਨ੍ਹਾਂ ਦੇ ਚਰਨਾਂ ਵਿੱਚ ਤਿੰਨੇ ਲੋਕ ਡਿੱਗਦੇ ਆ, ਉਸ ਪਾਤਸ਼ਾਹ ਦੀ ਨਿਮਰਤਾ ਵੇਖੋ। ਬਾਬੇ ਦਾਤੂ ਦੇ ਚਰਨ ਫੜ ਕੇ ਉਹ ਬੇਨਤੀ ਕਰਦੇ ਨੇ, ਹਰ ਕਮਲਨ ਸੋ ਮਰਦਨ ਕਰੇ ਬੇਨਤੀ ਸਹਿਤ ਸੋਭਾ ਕੇ ਉਚਰੇ। ਦੋਨੇ ਹੱਥਾਂ ਨਾਲ ਸਤਿਗੁਰੂ ਜੀ ਬਾਬੇ ਦਾਤੂ ਦਾ ਉਹ ਚਰਨ ਉਹ ਪੈਰ ਮੜ ਰਹੇ ਨੇ। ਵੱਜਿਆ ਬਹੁਤ ਜ਼ਰੂਰੀ ਹੈ ਧੜਾ ਜਿਹੜੇ ਸਤਿਗੁਰੂ ਸੰਘਾਸਣ ਤੋਂ ਡਿੱਗੇ, ਪਰ ਨਿਮਰਤਾ ਨਹੀਂ ਮਿਲ ਸਕਦੀ। ਐਵੇਂ ਥੋੜਾ ਕਹਿੰਦਾ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਕੌਣ ਗੁਰੂ ਅਮਰਦਾਸ ਕੋਈ ਨੀ ਹੋ ਸਕਦਾ। ਦੱਸੇ ਸਤਿਗੁਰੂ ਇੱਕ ਰੂਪ ਵਾ ਕਮਾਲ ਹਨ,
ਬਾਬੇ ਦਾਦੂ ਦੇ ਚਰਨ ਫੜ ਕੇ ਸਤਿਗੁਰੂ ਕਹਿੰਦੇ ਪਿਆਰਿਆ ਬਖਸ਼ੀ, ਮੈਨੂੰ ਮਾਫ ਕਰੀ, ਮੈਂ ਤੇਰੇ ਆਇਆਂ ਤੋਂ ਉੱਠਿਆ ਨਹੀਂ। ਬਜ਼ੁਰਗ ਸਰੀਰ ਸੀ ਖੜੇ ਹੋ ਕੇ ਤੁਹਾਡਾ ਸਤਿਕਾਰ ਨਾ ਹੋਇਆ। ਇੱਕ ਤੋਂ ਸੇਵਾ ਕਰਤ ਰਹੋ ਹੂੰ, ਦੁਤੀਏ ਬੈਤੇ ਬ੍ਰਿਧ ਭਇਓ ਹੂੰ। ਪਰ ਬਾਬੇ ਦਾਦੂ ਨੂੰ ਕੋਈ ਫਰਕ ਨਹੀਂ, ਉਹ ਹੰਕਾਰ ਚ ਖੜਾ ਵੀ ਵੇਖੋ ਤੁਹਾਡਾ ਗੁਰੂ ਮੇਰੇ ਚਰਨ ਫੜ ਕੇ ਬੈਠਾ। ਇਹ ਸੋਚ ਸੋਚ ਦਾ ਫਰਕ ਹੁੰਦਾ ਨਾ। ਗੁਰੂ ਅਮਰਦਾਸ ਪਾਤਸ਼ਾਹ ਚਰਨਾਂ ਨੂੰ ਪੜੋਸ ਕੇ ਕਹਿੰਦੇ ਆ ਪਿਆਰਿਆ ਆ ਸੇਵਾ ਕਰ ਕਰਕੇ ਨਾ ਪਾਣੀ ਢੋ ਢੋ ਮੇਰੇ ਨਾ ਹੱਥ ਪੱਥਰ ਵਰਗੇ ਹੋ ਗਏ, ਲੱਕੜ ਵਰਗੇ ਆ। ਤੁਸੀਂ ਗੁਰੂ ਪੁੱਤਰ ਹੋ, ਤੁਹਾਡੇ ਚਰਨ ਮਖਮਲੀ ਨੇ, ਵੇਖਿਓ ਇਸ ਬੁੱਢੜੇ ਸਰੀਰ ਦੀਆਂ ਹੱਡੀਆਂ ਨੇ ਤੁਹਾਡਾ ਚਰਨ ਤੇਰੀ ਜਤਨੀ ਕੀਤਾ ਕੋ ਸਰਦਾ। ਪਰ ਇਹ ਸੁਣ ਕੇ ਵੀ ਉਹ ਪੱਥਰ ਦੇ ਨਾਲ ਸੀਜੇ, ਸੰਗਤ ਬੈਠੀ ਰਹੀ, ਕੋਈ ਨੀ ਉੱਠਿਆ, ਸਭ ਹੈਰਾਨ ਨੇ ਪਲਾਂ ਚ ਕੀ ਹੋ ਗਿਆ, ਸਮਝ ਹੀ ਨੀ ਆਇਆ ਕਿਸੇ ਨੂੰ, ਕੋਈ ਸੋਚ ਹੀ ਨੀ ਸਕਦਾ ਜੀ ਇਹ ਗੱਲ। ਹਾਂ ਜੇ ਤੇ ਕਿਸੇ ਨੇ ਸੋਚਿਆ ਹੋਵੇ ਨਾ ਫਿਰ ਗੱਲ ਹੋਰ ਹੁੰਦੀ ਹੈ। ਅਚਨ ਚੇਤ ਪਲਾਂ ਦੇ ਵਿੱਚ ਇੰਨਾ ਕੁਛ ਹੋ ਗਿਆ, ਸੋਚਣ ਸਮਝਣ ਨੂੰ ਕਿਸੇ ਨੂੰ ਸਮਾਂ ਲੱਗ ਗਿਆ। ਯਾ ਤੇ ਅਜਕ ਸਰੀਰ ਕਠੋਰਾ, ਤੁਮਰੋ ਚਰਨ ਮਿਲ ਦੁਲ ਨਹਿ ਥੋਰਾ। ਯਾਰੋ ਤੁਹਾਡੇ ਚਰਨ ਬੜੇ ਕੋਮਲ ਨੇ, ਨਰਮ ਦੇ ਫੁੱਲਾਂ ਵਰਗੇ, ਸਖਤ ਸਰੀਰ ਤੇ ਵੱਜ ਕੇ ਕਿਤੇ ਸੱਟ ਤੇ ਨਹੀਂ ਵੱਜੀ। ਪਰ ਬਾਬੇ ਦਾਦੂ ਨੇ ਇੱਕ ਵਾਰ ਵੀ ਨਾ ਸੋਚਿਆ ਮੈਂ ਕੀ ਗੁਨਾਹ ਕੀਤੇ, ਮੈਂ ਕੀ ਪਾਪ ਕੀਤਾ, ਚਾਹੁੰਦੇ ਮੇਰੇ ਸਤਿਗੁਰੂ ਇੱਕ ਬਚਨ ਕਹਿ ਕੇ ਮਿੱਟੀ ਬਣਾ ਸਕਦੇ ਸੀ, ਸੁਭਾ ਕਰ ਸਕਦੇ ਸੀ ਕਿ ਬੜਾਪਣ ਹੈ ਫਰੀਦਾ ਬੁਰੇ ਦਾ। ਇਹ ਸਿੱਖਣਾ ਜੀਵਨ ਵਿੱਚ, ਰੋਜ਼ ਅਰਦਾਸ ਕਰਿਆ ਕਰੀਏ ਪਾਤਸ਼ਾਹ ਇਹ ਤੇ ਬਹੁਤ ਵੱਡੀ ਅਵਸਥਾ ਬੁਰੇ ਦਾ ਭਲਾ ਕਰਨਾ, ਮੈਨੂੰ ਇੰਨੀ ਕੁ ਮੱਤ ਦਈ ਮੈਂ ਕਿਸੇ ਚੰਗੇ ਦਾ ਬੁਰਾ ਨਾ ਕਰਾਂ, ਮੈਂ ਕਿਸੇ ਗਰੀਬ ਦੀ ਰੋਜ਼ੀ ਤੇ ਲੱਤ ਨਾ ਮਾਰ, ਵੇਖੀ ਕਿਤੇ ਰੱਬਾ ਇਹ ਪਾਪ ਨਾ ਮੈਥੋਂ। ਇਹ ਤੇ ਅਵਸਥਾ ਬੜੀ ਦੂਰ ਦੀ ਹੈ, ਬੁਰੇ ਦਾ ਭਲਾ ਕਰ, ਬੁਰਾਈ ਕੀਤੀ ਬਾਬਾ ਦਾਦੂ ਜੀ ਨੇ ਤੇ ਭਲਾ ਕਰ ਰਹੇ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਚਰਨ ਪੜੋਸ ਰਹੇ ਆ ਆਪਣੀ ਗੋਦੀ ਚ ਰੱਖ ਕੇ। ਬਜ਼ੁਰਗ ਸਰੀਰ ਹੈ, ਸਰੀਰ ਵੀ ਕੰਬਦਾ ਏ, ਕਸ਼ਟ ਮਹਾਨਾ ਛਿਮੋ ਭਇਓ ਅਪਰਾਧ ਅਜਾਨਾ। ਤੇ ਉਹ ਖੜੇ ਖੜੇ ਸਿਧਾਸਣ ਤੇ ਬਹਿ ਗਏ ਸਤਿਗੁਰਾਂ ਦੇ, ਬਾਬਾ ਦਾਦੂ ਤੇ ਗੁਰੂ ਪਾਤਸ਼ਾਹ ਨੇ ਨਾ ਆਪਣੇ ਚਰਨਾਂ ਤੇ ਪੱਟਾਂ ਦੇ ਕੋਲੇ ਚਰਨ ਰੱਖਿਆ ਉਹਨਾਂ ਦਾ ਪੜੋਸ ਕੇ ਕਹਿੰਦੇ ਆ ਜਿੰਨਾ ਤੁਹਾਡਾ ਸਤਿਕਾਰ ਚਾਹੀਦਾ ਸੀ ਕਰ ਨਹੀਂ ਸਕੇ, ਅਸੀਂ ਬਜ਼ੁਰਗ ਹਾਂ, ਸਾਡਾ ਸਰੀਰ ਬੁੱਢਾ ਹੋ ਗਿਆ, ਮੈਨੂੰ ਮਾਫ ਕਰਿਓ। ਤੁਮੇ ਆਪ ਜਿਸ ਦਾਤੇ ਦੇ ਅੱਗੇ ਤਿੰਨੇ ਕਾਲਾਂ ਦੇ ਵਿੱਚ ਦੇਵੀ ਦੇਵਤੇ ਪੀਰ ਪੈਗੰਬਰ ਮਾਫੀਆਂ ਮੰਗਦੇ ਨੇ, ਉਹਨਾਂ ਦਾ ਨਿਮਰਤਾ, ਉਹਨਾਂ ਦਾ ਵੱਡਾਪਣ ਵੇਖੋ, ਵੱਡੇ ਹੋ ਕੇ ਕਦੇ ਵੱਡੇ ਕਹਾਏ ਨੀ। ਬਾਬਾ ਦਾਦੂ ਜੀ ਨੂੰ ਕਹਿ ਰਹੇ ਆ ਤੁਸੀਂ ਸਾਨੂੰ ਬਖਸ਼ ਦਿਓ, ਜੇ ਹੋ ਸਕੇ ਤੇ ਸਾਨੂੰ ਮਾਫ ਕਰਿਓ, ਅਸੀਂ ਉੱਠ ਕੇ ਤੁਹਾਡਾ ਸਤਿਕਾਰ ਨਹੀਂ ਕੀਤਾ, ਤੁਹਾਡੇ ਕੋਮਲ ਚਰਨ ਸਾਡੇ ਸਰੀਰ ਤੇ ਵੱਜ ਗਏ, ਵੇਖਿਓ ਕਿਤੇ ਚੱਕਦੀ ਤਾਂ ਨਹੀਂ ਹੋ ਗਏ, ਕਿਤੇ ਹੱਡੀਆਂ ਤੇ ਨਹੀਂ ਜੋ ਸੱਚੀ। ਜੇ ਕੋਈ ਹੋਰ ਹੁੰਦਾ ਨਾ ਗੁਨਾਹ ਕੀਤੇ ਧਾਹਾਂ ਮਾਰ ਕੇ ਚਰਨ ਫੜ ਲੈਂਦਾ, ਪਰ ਬਾਬਾ ਦਾਦੂ ਵੇਖੋ ਈਰਖਾ ਕੋਈ ਸਿਖਾ ਰਹੀ ਹੈ, ਉੱਧਰ ਇਹ ਲੱਗਦਾ ਵੀ ਪਿਤਾ ਮੇਰੇ ਦੀ ਗੱਦੀ ਸੀ, ਝੱਟ ਹੀ ਛੱਡਤੀ ਇਹਨਾਂ ਦੇ ਅੱਖੋਂ ਸਤਨਾਮ, ਇੰਨਾ ਕੀ ਕੰਮ ਸੀ, ਮੈਂ ਮਾਲਕ ਸੀ ਤਾਂ ਹੀ ਤੇ ਤਰਲੇ ਕਰਦੇ ਆ। ਦੇਖੋ ਕੋਈ ਇਨਸਾਨ ਤੁਹਾਡੇ ਤੋਂ ਮਾਫ਼ੀ ਮੰਗੇ ਤੇ ਸਾਨੂੰ ਲੱਗਦਾ ਕਿ ਡਰਿਆ ਹੋਇਆ, ਇਹਦਾ ਕੋਈ ਕੰਮ ਖਰਾਬ ਹੋਇਆ ਜਿਹੜਾ ਮਾਫ਼ੀਆਂ ਮੰਗਦਾ, ਨਹੀਂ ਹੋ ਸਕਦਾ
ਉਹ ਮਾਫੀ ਮੰਗ ਕੇ ਆਪਣੇ ਵੱਡੇ ਹੋਣ ਦਾ ਸਬੂਤ ਦੇਵੇ ਤੇ ਬੰਦੇ ਆ ਧੂੜੀ ਚ ਬਣੇ ਪੈਣ। ਜ਼ਿੰਦਗੀ ਚ ਕਦੇ ਐਸਾ ਸਮਾਂ ਨਹੀਂ ਆਉਣਾ ਚਾਹੀਦਾ ਕਿ ਤੁਹਾਡੇ ਸਾਹਮਣੇ ਹੱਥ ਜੋੜ ਕੇ ਆਖੀ ਮੈਨੂੰ ਮਾਫ ਕਰਿਓ। ਜੇ ਰੱਬ ਦੇ ਬੰਦੇ ਹੋ ਨਾ, ਇਹ ਸੋਚ ਲਓ ਵੀ ਜੇ ਅੱਜ ਇਹ ਬੰਦੇ ਨੇ ਗਲਤੀ ਕੀਤੀ ਆ, ਕੱਲ ਮੇਰੀ ਔਲਾਦ ਕਰਦੀ ਤੇ ਮੈਂ ਕੀ ਕਰਦਾ। ਸ਼ਾਇਦ ਕੱਲ ਇਹ ਗਲਤੀ ਮੈਂ ਕਰਦਾ ਇਹਦੇ ਲੋਕਾਂ ਦੇ ਵਿੱਚ, ਮੇਰੇ ਨਾਲ ਇਹ ਹੁੰਦਾ ਕਿ ਮੈਨੂੰ ਚੰਗਾ ਲੱਗਦਾ ਨਹੀਂ। ਬਸ ਗੁਰੂ ਇਹੋ ਸੋਚ ਬਦਲਦੇ ਆ, ਸਤਿਗੁਰ ਇਹੋ ਮਤ ਬਦਲਦੇ ਆ ਜਿਹਨੂੰ ਗੁਰਮਤ ਕਹਿੰਦੇ ਆ। ਮਨਮਤ ਕੀ ਆ ਉਹਦੇ? ਲਬਾ ਲਬ ਸਾਡੇ ਤੇ ਭਰੀ ਹੋਈ ਹੈ। ਮੈਂ ਕਹਿੰਦਾ ਕੋਈ ਮੇਰੇ ਬਾਰੇ ਇੱਕ ਗੱਲ ਕਰੇ ਮੈਂ ਦੱਸ ਦੂੰ, ਕੋਈ ਸਾਡੇ ਬਾਰੇ ਇੱਕ ਗਾਲ ਕੱਢੇ ਅਸੀਂ ਦੱਸ ਕੱਢਦੇ ਹਾਂ, ਕੋਈ ਸਾਡਾ ਇੱਕ ਬੁਰਾ ਕਰੇ ਅਸੀਂ ਉਹਦੀਆਂ ਪੁਸਤਾਂ ਤੱਕ ਨਹੀਂ ਛੱਡਦੇ ਵੀ ਤੇਰੇ ਦਾਦੇ ਨੇ ਸਾਡੇ ਨਾਲ ਕੀਤਾ ਸੀ, ਹੁਣ ਕੋਈ ਨੀ ਪੁੱਤ ਤੂੰ ਵੀ ਦੋ ਸਾਹਮਣੇ ਲੱਤ ਮਾਰ ਕੇ ਆਪ ਗੱਦੀ ਤੇ ਬਹਿ ਗਿਆ ਤੇ ਮੇਰੇ ਸਤਿਗੁਰੂ ਸੰਗਤ ਸਾਹਮਣੇ ਹੱਥ ਜੋੜ ਕੇ ਕਹਿੰਦੇ ਆ, ਗੁਰੂ ਪੁੱਤਰ ਜੀ ਸਾਨੂੰ ਤੁਹਾਡੇ ਆਇਆਂ ਦਾ ਪਤਾ ਨਹੀਂ ਲੱਗਿਆ, ਸਾਨੂੰ ਬਖਸ਼ ਲਵੋ। ਗੁਰ ਕੇ ਸੁਤ ਹੋ ਵੱਡ ਭਾਗੇ, ਮਮ ਹਿਤ ਕਰ ਇਤਨੋ ਦੁੱਖ ਲਾਗੇ। ਜਦੋਂ ਬਾਬਾ ਬੁੱਢਾ ਜੀ ਤੇ ਬਾਕੀ ਸੰਗਤਾਂ ਭੱਜ ਕੇ ਨੇੜੇ ਆਈਆਂ, ਉਹਨਾਂ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਗੱਲ ਸਮਝ ਤੋਂ ਬਾਹਰ ਹੋ ਗਈ ਉੱਥੇ ਵੀ ਤੇ ਹੋਵੇ ਕੁਛ ਹੋ ਗਿਆ। ਜੋ ਦਾਤੂ ਕਰਨਾ ਚਾਹੁੰਦੇ ਸੀ ਉਹ ਤੇ ਹੋਇਆ ਹੀ ਨਹੀਂ। ਲੱਤ ਮਾਰ ਉਹ ਸੰਗਤ ਦੀਆਂ ਨਜ਼ਰਾਂ ਤੇ ਦਰਗਾਹ ਤੋਂ ਡਿੱਗ ਪਿਆ। ਤੋ ਸਤਨਾਮ ਆ ਕੇ ਕਿਤੇ ਚਰਨ ਪਰਸ ਲੈਂਦਾ ਨਾ, ਪਤਾ ਨਹੀਂ ਕਿਹੜੀਆਂ ਮਰਜ਼ੀਆਂ ਮਰਜ਼ ਦਰਸ਼ ਹੁੰਦੇ, ਕਿੰਨੀਆਂ ਤੋਂ ਵਡਿਆਈਆਂ ਦੇ ਦਿੰਦੇ, ਕਿਉਂਕਿ ਗੁਰੂ ਸਾਹਿਬ ਤੇ ਉੱਠ ਰਹੇ ਸੀ ਉਹਨੂੰ ਦੇਖ ਕੇ। ਸਤਿਗੁਰੂ ਚਾਹੁੰਦੇ ਕਹਿ ਦਿੰਦੇ, ਜਿਵੇਂ ਬਾਬੇ ਸਾਵਣ ਵੱਲ ਨੂੰ ਕਿਹਾ ਸੀ ਤੂੰ ਹਰੀਪੁਰ ਦਾ ਗੁਰੂ, ਹੋ ਸਕਦਾ ਹੈ ਧੰਨ ਗੁਰੂ ਅਮਰਦਾਸ ਮਾਤਰ ਨੇ ਸੋਚਿਆ ਹੋਵੇ ਵੀ ਇਹ ਗੁਰੂ ਪੁੱਤਰ ਇਹਨਾਂ ਨੂੰ ਮਾਣ ਸਤਿਕਾਰ ਦਵਾਈਏ ਸੰਗਤ ਤੋਂ ਵੀ, ਭਾਈ ਜਿਹੜਾ ਖਡੂਰ ਸਾਹਿਬ ਆ ਉਹ ਗੋਇੰਦਵਾਲ ਸਾਹਿਬ ਹਾਜ਼ਰੀ ਪਰ ਐਡੀ ਵੱਡੀ ਮੂਰਖਤਾ ਕਰ ਲਈ ਉਸ ਰੱਬ ਪਿਆਰੇ ਸੱਜਣ ਦੇ ਲੱਤ ਮਾਰ ਲਈ। ਦੇਖੋ ਸੱਜਣ ਵੇਖੋ ਕਿੰਨਾ ਡਾਢਾ ਹੈ, ਚਰਨਾਂ ਨੂੰ ਪਰੋਸੀ ਜਾਂਦੇ ਆ ਬੈਠੇ ਥੱਲੇ ਬੈਠੇ ਮਹਾਰਾਜ ਤੇ ਬਾਬਾ ਦਾਤੂ ਸਿੰਘਾ ਸੁਣਦੇ ਨੇ, ਉਹ ਖੁਸ਼ ਹੋ ਰਿਹਾ ਵੀ ਸੰਗਤ ਵੇਖ ਰਹੀ ਹੈ ਵੀ ਗੁਰੂ ਅੰਗਦ ਦੇਵ ਜੀ ਦਾ ਫਰਜ਼ੰਦ ਮੈਂ ਆ ਤੇ ਸਤਿਗੁਰੂ ਵੀ ਕਹਿ ਰਹੇ ਆ, ਕਹਿੰਦੇ ਤੁਸੀਂ ਗੁਰੂ ਪੁੱਤਰ ਹੋ ਤੁਹਾਨੂੰ ਤੇ ਸਾਡੀ ਬਾਰ-ਬਾਰ ਵੰਦਨਾ ਏ। ਤੁਮਕੋ ਦੇਖ ਨਗਰ ਖਰੋਵਾ ਹੋ ਤੋ ਮਾਨ ਮਮ ਸੋ ਤੁਮ ਖੋਵਾ। ਪਿਆਰਿਓ ਸਾਨੂੰ ਗੁੱਸਾ ਨਹੀਂ ਆਇਆ, ਤੁਸੀਂ ਚੰਗਾ ਕੀਤਾ, ਅਸੀਂ ਤੁਹਾਨੂੰ ਵੇਖ ਤੁਹਾਡਾ ਸਤਿਕਾਰ ਨਹੀਂ, ਅਸੀਂ ਉੱਠ ਕੇ ਖੜੇ ਨਹੀਂ ਹੋਏ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਹਲੂ ਨਾ ਦੇ ਕੇ ਜਾਇਆ। ਤੋ ਸਤਨਾਮ ਤੇ ਸੱਚੀ ਜੇ ਕੋਈ ਸਮਝਦਾਰ ਹੁੰਦਾ ਗੁਨਾਹ ਕਰਦਾ ਉਹਨੇ ਰੋ ਰੋ ਚਰਨ ਧੋ ਦੇਣੇ ਸੀ, ਪਾਤਸ਼ਾਹ ਬਖਸ਼ ਲੋ ਇਹ ਪਾਪ ਨਹੀਂ ਬਖਸ਼ਿਆ ਜਾਣਾ। ਪਰ ਉਹ ਤੇ ਬੜੇ ਮਾਣ ਨਾਲ ਬੈਠਾ, ਸਤਿਗੁਰੂ ਕਹਿੰਦੇ ਸਾਨੂੰ ਨਹੀਂ ਸੀ ਪਤਾ ਤੁਸੀਂ ਆਉਣਾ, ਜੇ ਪਤਾ ਹੁੰਦਾ ਪਾਲਕੀ ਭੇਜ ਦਿੰਦੇ ਤੁਹਾਨੂੰ ਸਿੱਖ ਸੰਗਤ ਲੈ ਆਉਂਦੀ, ਗੁਰੂ ਪੁੱਤਰ ਹੋ ਤੁਸੀਂ ਬਹੁਤ ਪਿਆਰੇ ਹੋ, ਇੱਕ ਸੂਈ ਦੇ ਨੱਕੇ ਜਿੰਨੀ ਵੀ ਈਰਖਾ ਬੰਚ ਨਹੀਂ ਆਈ ਵੀ ਭਰੀ ਸੰਗਤ ਵਿੱਚ ਇਹਨਾਂ ਸਾਡੇ ਲੱਤ ਮਾਰ ਦਿੱਤੀ। ਸੋਚੋ ਕਿੱਡਾ ਵਿਸ਼ਾਲ ਹਿਰਦਾ ਹੋਣਾ ਮੇਰੇ ਸਾਹਮਣੇ, ਕਿੱਡਾ ਵੱਡਾ ਦਿਲ ਹੈ, ਇਹ ਉਹੀ ਦਿਲ ਹੈ ਵੱਡਾ। ਦੋ ਪੁੱਤਰਾਂ ਦੀਆਂ ਲਾਸ਼ਾਂ ਕੋਲ ਕਲਗੀ ਧਰ ਲੰਘ ਗਏ, ਅੱਖ ਚੋਂ ਹਿੰਜ ਨਹੀਂ ਡੋਲੀ, ਆਖੋ ਸਤਿਨਾਮ। ਕਹਿਣਾ ਬੜਾ ਸੌਖਾ,
ਪੁੱਤ ਪੋਤੇ ਨੂੰ ਬੁਖਾਰ ਚੜਿਆ ਹੋਵੇ ਨਾ, ਬੰਦੇ ਨੂੰ ਨਹਾਉਣਾ ਨੀ ਸੋਚਦਾ, ਰੋਟੀ ਨੀ ਸੋਚਦੀ, ਵੇਖ ਵੇਖ ਰੋਈ ਜਾਂਦਾ, ਯਾਰ ਇਹਨੇ ਖਾਧਾ ਕੁਛ ਨੀ ਰਾਤ ਦਾ, ਇਹ ਸਾਰੀ ਰਾਤ ਰੋਂਦਾ ਰਿਹਾ, ਕਿੱਡਾ ਵੱਡਾ ਜਿਗਰਾ ਮੇਰੇ ਕਲਗੀ ਵਾਲੇ ਪਿਤਾ ਦਾ। ਪੁੱਤ ਵੱਡੇ ਟੁੱਕੇ ਪਏ ਹੋਏ, ਖੜੇ ਵੀ ਨਾ ਹੋਏ, ਸੋਚ ਕੇ ਤੇ ਵੇਖੋ, ਕਹਿ ਦੇਣਾ ਬੜਾ ਸੌਖਾ ਚਾਰ ਪੁੱਤ ਵਾਰ ਤੇ ਜੀ ਗੁਰੂ ਸੀ ਫਿਰ ਕੀ ਹੋ ਗਿਆ, ਨਹੀਂ, ਗੁਰੂ ਹੋਣ ਤੋਂ ਪਹਿਲਾਂ ਇੱਕ ਪਿਤਾ ਸੀ, ਉਹ ਲਾਡਾਂ ਚਾਵਾਂ ਨਾਲ ਪੁੱਤ ਪਾਲੇ ਸੀ ਕਲਗੀ ਦਾ, ਜਿਹੜੀ ਪਰਵਰਿਸ਼ ਚਾਰ ਸਾਹਿਬਜ਼ਾਦਿਆਂ ਦੀ ਹੋਈ ਸੀ ਨਾ, ਦੁਨੀਆਂ ਦੇ ਕਿਸੇ ਬਾਦਸ਼ਾਹ ਨੇ ਨਹੀਂ ਉਹ ਕੀਤੀ, ਜਿਹੜੇ ਸੁੱਖ ਆਨੰਦ ਆਨੰਦਾਂ ਦੀ ਪੁਰੀ ਦੇ ਵਿੱਚ ਗੁਰੂ ਕੇ ਲਾਲਾ ਨੇ ਰਣਾਏ ਸੀ ਨਾ, ਨਹੀਂ ਕੋਈ ਜੰਮ ਕੇ ਦੁਨੀਆਂ ਤੇ ਸੁੱਖਾਂ ਪੁੱਤਾਂ ਨੂੰ ਦੇ ਸਕਦਾ। ਪਰ ਉਹਨਾਂ ਪੁੱਤਾਂ ਕੋਲ ਖੜ ਕੇ ਇਹ ਵੀ ਨਾ ਕਿਹਾ ਵੀ ਸਿੱਖਾ ਪੱਥਰ ਪਾ ਦੇ, ਜੇ ਜਗ ਤੋਂ ਕੱਪੜੋਂ ਬਗੈਰ ਪੁੱਤ ਗਏ ਤੇ ਮੇਰੇ ਕਲਗੀ ਤਾਂ ਰਹਿ ਗਏ, ਆਖੋ ਸਰਨਾਮ ਦੁਨੀਆਂ ਦੇ ਹਰ ਤੇ ਕੱਪੜ ਦਿੰਦਾ, ਐਡਾ ਜਿਗਰਾ ਮੇਰੇ ਸਤਿਗੁਰਾਂ ਦਾ, ਇੱਕ ਰੂਪ ਨੇ ਦੱਸੇ ਸਤਿਗੁਰੂ, ਗੁਰੂ ਅਮਰਦਾਸ ਪਾਤਸ਼ਾਹ ਨੇ ਗੱਲ ਦਿਲ ਤੇ ਵੀ ਨਾ ਲਾਈ, ਖਿਆਲ ਵਿੱਚ ਵੀ ਨਾ ਰੱਖਿਆ ਵੀ ਇਹਨਾਂ ਅੱਗੇ ਲੱਤ ਮਾਰੀ, ਅਸੀਂ ਤੇ ਗੁਰਗੱਦੀ ਤੇ ਬੈਠੇ ਸੀ, ਇੰਨੀਆਂ ਸੰਗਤਾਂ ਚ ਕੀ ਰਹਿ ਗਿਆ, ਨਹੀਂ ਸੋਚੀ, ਬਸ ਆਹ ਚੀਜ਼ਾਂ ਕਿਤੇ ਪੱਲੇ ਪੈ ਜਾਣ, ਅਸੀਂ ਇਹੀ ਸੋਚਦੇ ਹਾਂ ਲੋਕ ਸਾਡੇ ਬਾਰੇ ਕੀ ਕਹਿਣਗੇ, ਵੱਡਾ ਘਰ ਬਣਾ ਲਈਏ ਲੋਕ ਕੀ ਕਹਿਣਗੇ, ਛੋਟਾ ਬਣਾ ਲਿਆ ਕੱਪੜੇ ਵਧੀਆ ਨਾ ਪਾਏ ਲੋਕ ਕੀ ਕਹਿਣਗੇ, ਫੰਕਸ਼ਨ ਵੱਡਾ ਨਾ ਕੀਤਾ ਲੋਕ ਕੀ ਕਹਿਣਗੇ, ਉਹ ਭਾਈ ਵੱਡਾ ਕਰ ਲਾ ਛੋਟਾ ਕਰ ਲਾ ਲੋਕ ਕਹਿੰਦੇ ਰਹਿਣਗੇ, ਜਦ ਤੂੰ ਜਵਾਨ ਸੀ ਲੋਕ ਉਦੋਂ ਵੀ ਕੁਛ ਕਹਿੰਦੇ, ਅੱਜ ਬੁੱਢਾ ਹੋ ਗਿਆ ਲੋਕ ਅੱਜ ਵੀ ਕੁਛ ਕਹਿੰਦੇ ਆ, ਜਿਹਦੀ ਔਲਾਦ ਚੰਗੀ ਆ ਲੋਕ ਉਦੋਂ ਵੀ ਕਹਿੰਦੇ ਆ, ਬੁਰੀ ਆ ਲੋਕ ਉਦੋਂ ਵੀ ਬੋਲਦੇ ਆ, ਜੇ ਘਰਦਿਆਂ ਤੋਂ ਡਰਦਾ ਲੋਕ ਤਾਂ ਵੀ ਬੋਲਣਗੇ, ਜੇ ਡਰਾਉਣਾ ਲੋਕ ਤਾਂ ਵੀ ਬੋਲਣਗੇ, ਲੋਕਾਂ ਦੀ ਗੱਲ ਛੱਡ, ਇਹ ਸੋਚ ਮੇਰੇ ਸਤਿਗੁਰੂ ਮੇਰੇ ਬਾਰੇ ਕੀ ਸੋਚਣਗੇ, ਆਖੋ ਸਤਨਾਮ, ਮੈਂ ਗੁਰੂ ਨੂੰ ਭਾਉਣਾ ਕਿ ਨਹੀਂ ਭਾਉਣਾ, ਮੇਰੀ ਭਗਤੀ ਮੇਰੀ ਸੇਵਾ ਮੇਰਾ ਗੁਰਦੁਆਰੇ ਆਉਣਾ ਮੇਰੇ ਸਤਿਗੁਰੂ ਨੂੰ ਪਿਆਰਾ ਲੱਗਦਾ ਕਿ ਨਹੀਂ ਲੱਗਦਾ, ਗੁਰੂ ਦੀ ਖੁਸ਼ੀ ਲਈ ਕਰ ਰਹੇ ਨਾ ਸਾਰਾ ਕੁਛ, ਨਹੀਂ ਅਜੇ ਅਸੀਂ ਆਪਣੀ ਖੁਸ਼ੀ ਲਈ ਭੱਜੇ ਫਿਰਦੇ ਆ ਕਿ ਮੱਥਾ ਟੇਕਦੇ ਆ ਆਹ ਹੋੜੇ ਘਰੇ ਆਹ ਵਧੀਆ ਹੋ ਜੇ, ਪਾਠ ਕਰ ਲਿਆ ਆਹ ਵਧੀਆ ਹੋ ਜੇ, ਕਦੇ ਕਿਸੇ ਨੇ ਕਿਹਾ ਸਤਿਗੁਰੂ ਜੀ ਅਸੀਂ ਅਖੰਡ ਪਾਠ ਸਾਹਿਬ ਇਸ ਲਈ ਕਰਾ ਰਹੇ ਹਾਂ ਸਾਨੂੰ ਨਾਮ ਦੀ ਦਾਤ ਬਖਸ਼ਿਓ ਜੀ, ਕਿਸੇ ਨੇ ਅਰਦਾਸ ਕਰਾਈ ਹੋਵੇ ਪਾਤਸ਼ਾਹ ਕਿਰਪਾ ਕਰਿਓ ਅੰਮ੍ਰਿਤ ਵੇਲੇ 3 ਵਜੇ ਉੱਠਦੇ ਆ ਜੀ, 1 ਵਜਾ 1:30 ਵਜੇ ਝੋਲੀ ਪਾ ਦਿਓ, ਨਹੀਂ ਸਭ ਇਹੀ ਰੋਣੇ ਆ ਦੁਨੀਆਂ ਦੇ, ਆਹ ਕਰਾ ਦਿਓ ਜੀ ਉਹ ਕਰਾ ਦਿਓ ਜੀ, ਫਲਾਣਾ ਮਰ ਗਿਆ ਫਲਾਣਾ ਤਪ ਗਿਆ ਉਹ ਫਸ ਗਿਆ ਠੀਕ ਕਰਾ ਦਿਓ ਜੀ, ਦੁਨੀਆਂ ਦੀ ਪਦਾਰਥਾਂ ਨਹੀਂ ਫਸੇ, ਠੀਕ ਹੈ ਸਿੱਖ ਨੂੰ ਇਹ ਵੀ ਮੰਗਣੇ ਚਾਹੀਦੇ ਆ, ਪਰ ਇੱਥੇ ਤੱਕ ਹੀ ਨਾ ਖੜੇ ਹੋ ਜਾਈਏ ਵੀ ਇਹਨਾਂ ਪਦਾਰਥਾਂ ਝੂਠੀਆਂ ਚੀਜ਼ਾਂ ਪਿੱਛੇ ਧਰਮ ਨਾਲ ਲਵਾ ਲਿਆ, ਤੋ ਜੋ ਜੋ ਮੰਗੀ ਜਾਣਾ ਭਗਤੀ ਲੱਗੀ ਜਾਣੀ, ਜਿਵੇਂ ਪੈਸਾ ਦਿੱਤਾ ਸਮਾਨ ਮਿਲ ਗਿਆ ਪੈਸੇ ਤੇ ਗਏ ਨਾ ਜੀ, ਤਾਂ ਕੁਛ ਮਿਲਿਆ ਨਾ, ਗੁਰੂ ਕੋਲ ਵੀ ਨਾਮ ਜਪਿਆ ਭਗਤੀ ਸੌਂਪਣੀ ਪੈਂਦੀ ਉਹਦੇ ਬਦਲੇ ਸਭ ਕੁਛ ਮਿਲਦਾ, ਜੇ ਇੱਥੇ ਦੀ ਭਗਤੀ ਕਰਕੇ ਇੱਥੇ ਸੁੱਖ ਲੈ ਲਏ ਦਰਗਾਹ ਲਈ ਕੀ ਖੱਟਿਆ, ਸਤਨਾਮ ਜਿਹਨੂੰ ਬਾਣੀ ਕਹਿੰਦੀ ਕੀ ਹਾ ਖਾਟ ਚਲੋ ਹਰ ਲਾਹਾ ਆਗੈ ਬਸਣ ਸੁਹੇਲਾ, ਜੇ ਅੱਗੇ ਸੌਖਾ ਵਸਣਾ ਇੱਥੇ ਲਾਹਾ ਖੱਟ ਲੈ ਨਾਲ ਦਾ ਨਹੀਂ ਖੱਟਦੇ, ਉਹਦੇ ਇੱਥੇ ਅਦਲਾ ਬਦਲਾ ਹੋ ਗਿਆ, ਮੈਂ ਬਾਬਾ ਜੀ ਨੇ ਪਾਠ ਕਰ ਮਿਲਵਾ ਦੇ ਦਿਓ, ਮੈਂ ਇੰਨੀਆਂ ਯਾਤਰਾ ਕਰੇ ਉਮਰ ਚ ਮੈਨੂੰ ਇਹਦੇ ਬਦਲਿਆ ਦੇ ਦਿਓ, ਬਾਬਾ ਦਾਦੂ ਬੜੇ ਆਰਾਮ ਨਾਲ ਬੈਠੇ ਆ, ਸੰਗਤ ਵੇਖ ਰਹੀ ਹੈ ਕਿਸੇ ਨੂੰ ਸਮਝ ਨਹੀਂ ਆ ਰਿਹਾ ਇਹ ਹੋ ਕੀ ਰਿਹਾ ਏ, ਆੜਨ ਉਚਿਤ ਜਾਣ ਕਰ ਮਾਰਿਓ ਭਲੋ ਕਰਿਓ ਨਿਜ ਦਾਸ ਨਿਹਾਰਿਓ, ਸਭ ਕਹਿੰਦੇ ਅਸੀਂ ਤੇ ਦਾਸ ਹਾਂ ਤੁਹਾਡੇ ਸੇਵਕ, ਨੌਕਰਾਂ ਨੂੰ
ਮਾਲਕ ਏਦਾਂ ਹੀ ਤਾੜਦੇ ਹੁੰਦੇ ਆ, ਫਿਰ ਸਤਨਾਮ ਝਿੜਕਦੇ ਹੁੰਦੇ ਆ। ਉਹ ਨੌਕਰ ਕਾਹਦਾ ਜਿਹੜਾ ਗੁੱਸਾ ਕਰੇ, ਉਹ ਸੇਵਕ ਕਾਹਦਾ ਜਿਹਨੂੰ ਕ੍ਰੋਧ ਆਵੇ। ਬਾਬਾ ਦਾਦੂ ਜੀ ਤੁਸੀਂ ਮਾਲਕ ਹੋ, ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਹੋ, ਜੇ ਇੱਕ ਲੱਤ ਨਾਲ ਨਹੀਂ ਸਰਿਆ ਦੂਜੀ ਵੀ ਮਾਰ ਲਓ। ਆਖੋ ਸਤਨਾਮ ਬੜੀ ਨਿਮਰਤਾ ਦੇ ਨਾਲ ਗੁਰੂ ਸਾਹਿਬ ਉਹਨਾਂ ਦਾ ਵੀ ਮਾਣ ਕਰਦੇ ਆ, ਉਹਨਾਂ ਦਾ ਵੀ ਸਤਿਕਾਰ ਕਰਦੇ ਜਿਹਨਾਂ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕੀਤਾ। ਕਿੱਡਾ ਵੱਡਾ ਵਿਜ਼ਨ ਦੇ, ਕਿੱਡੀ ਵੱਡੀ ਦਾਤ ਝੋਲੀ ਪਾਉਂਦੇ ਆ ਬੰਦਿਆ, ਬੁਰਾ ਨਾ ਕਿਸੇ ਸੋਚਿਆ ਨਾ ਕਿਸੇ ਬਾਰੇ ਮਾੜਾ, ਕਿਉਂਕਿ ਮਾੜਾ ਸੋਚਣ ਵਾਲੇ ਲੋਕਾਂ ਦੇ ਬਹੁਤ ਬੁਰੇ ਫਿਰਦੇ। ਜੇ ਤੂੰ ਚੰਗਾ ਸੋਚੇਗਾ ਤੈਨੂੰ ਵੇਖ ਚਾਲ ਹੋ ਚੰਗੇ ਹੋਣਗੇ ਤੇ ਸੁਖੀ ਤੂੰ ਹੋਏਗਾ। ਸਤਿਗੁਰਾਂ ਦੀ ਇਹ ਨਿਮਰਤਾ ਵੇਖ ਵੇਖ ਉਸ ਪੱਥਰ ਦਿਲ ਨੂੰ ਫਰਕ ਨਹੀਂ ਪਿਆ, ਪਰ ਸੰਗਤਾਂ ਰੋ ਪਈਆਂ। ਸੇਵਾ ਆਪਣੇ ਮੋਹੇ ਬਤਾਵੋ, ਕਰੂੰ ਸੋ ਤਤ ਸਿਨਾ ਰੋਸ ਹਟਾਵੋ। ਬੜੇ ਪਿਆਰ ਚ ਕਹਿੰਦੇ ਸਾਨੂੰ ਸੇਵਾ ਦੱਸੋ, ਗੁੱਸਾ ਛੱਡੋ, ਰੋਸਾ ਨਾ ਕਰੋ। ਸੇਵਕ ਆ ਤੁਹਾਡੇ, ਗੁਰੂ ਅਮਰਦਾਸ ਕਹਿੰਦੇ ਆ ਹੱਥ ਜੋੜ ਕੇ ਸਾਡੇ ਲਾਇਕ ਸੇਵਾ ਦੱਸੋ, ਕੀ ਸਿੱਖੋਗੇ, ਕੀ ਤੁਹਾਨੂੰ ਚਾਹੀਦਾ, ਅਸੀਂ ਦੇ ਕੁਝ ਨਹੀਂ ਸਕਦੇ। ਮਾਲਕਾਂ ਨੂੰ ਸੇਵਕ ਕੀ ਦੇ ਸਕਦੇ ਹੁੰਦੇ ਆ, ਕੀ ਤਾਂ ਕਹਿ ਰਹੇ ਆ। ਸੱਚੀ ਜੇ ਕਿਤੇ ਅੰਦਰ ਈਰਖਾ ਦਾ ਹੁੰਦੀ ਤੇ ਬਾਬੇ ਦਾ ਪੂਰੇ ਰੋਣਾ ਸੀ ਸਾਨੂੰ, ਮਹਾਰਾਜ ਕਿਹੜੀ ਦਰਗਾਹ ਬਖਸ਼ਿਆ ਜਾਂਦਾ। ਪਰ ਨਹੀਂ, ਈਰਖਾ ਦਾ ਮਨੁੱਖ ਨੂੰ ਇਹ ਵਿਖਾਉਂਦੀ ਵੀ ਤੂੰ ਸਹੀ ਹੈ, ਉਹਨੂੰ ਇਹ ਲੱਗ ਰਿਹਾ ਹੈ ਵੀ ਜੇ ਮੈਂ ਸਹੀ ਹਾਂ ਤੇ ਗੁਰੂ ਅਮਰਦਾਸ ਤਾਂ ਹੀ ਮੇਰੇ ਚਰਨ ਫੜ ਕੇ ਬੈਠੇ। ਸਤਿਗੁਰਾਂ ਦਾ ਵਡੱਪਣ ਹੈ, ਪਰ ਈਰਖਾ ਨੂੰ ਬੰਦੇ ਨੂੰ ਇਹ ਲੱਗਦਾ ਇਹਨੂੰ ਮੇਰੀ ਲੋੜ ਹੁੰਦੀ, ਇਹਦਾ ਸਾਡੇ ਬਿਨਾ ਸਰਦਾ ਨਹੀਂ। ਹੁਣ ਦਾ ਤੂੰ ਕਰ ਕ੍ਰੋਧ ਉਚਾਰਿਓ, ਇਹ ਕੈਸੇ ਤੈਂ ਡਿੰਬ ਬਸਾਰਿਓ। ਸਤਿਗੁਰਾਂ ਦੇ ਇਸ ਕਾਰਜ ਤੋਂ ਬਾਅਦ ਬਾਬਾ ਦਾਤੂ ਬੋਲੇ, ਗਤੀ ਚ ਬੈਠ, ਪਤਾ ਕੀ ਬੋਲਿਆ, ਵਾਪਰਿਓ ਮੈਂ ਫਿਰ ਬੇਨਤੀ ਕਰਾਂ, ਉਹ ਸ਼ਬਦ ਬੜ ਬੈਠ, ਕਹਿੰਦਾ ਤੂੰ ਇਸ ਗੱਦੀ ਤੇ ਬੈਠ ਕੇ ਜਿਹੜੇ ਪਖੰਡ ਕਰਦਾ ਤੂੰ ਸ਼ਬਦ ਵਰਤਿਆ ਉਹਨਾਂ। ਪਰ ਮੇਰੇ ਸਤਿਗੁਰੂ ਕੀ ਸ਼ਬਦ ਵਰਤਦੇ ਆ, ਗੁਰੂ ਪੁੱਤਰ ਹੋ ਤੁਸੀਂ, ਮਾਲਕ ਹੋ ਤੁਸੀਂ, ਅਸੀਂ ਤੁਹਾਡੇ ਸੇਵਕ ਹਾਂ, ਇਹੀ ਫਰਕ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਹੱਥ ਜੋੜ ਕੇ ਸਾਹਮਣੇ ਬੈਠੇ ਆ ਉਹਨਾਂ ਦੇ ਚਰਨਾਂ ਚ, ਗੁਰਗੱਦੀ ਦੇ ਮਾਲਕ, ਤਖਤਾਂ ਦੇ ਮਾਲਕ, ਤੇ ਬਾਬਾ ਦਾਤੂ ਕਹਿੰਦਾ ਤੂੰ ਇੱਥੇ ਬੈਠ ਕੇ ਪਖੰਡ ਕਰਦਾ, ਮੱਥੇ ਟਿਕਾਉਂਦਾ, ਰੱਬ ਬਣ ਕੇ ਬੈਠਾ, ਭੁੱਲ ਗਿਆ ਨਾ ਪਿਤਾ ਮੇਰੇ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ 12 ਬਲ ਬਖਸ਼ੇ ਨੇ, ਪਿਤਾ ਮੇਰੇ ਨੇ ਗੁਰਗੱਦੀ ਬਖਸ਼ੀ ਹੈ, ਯਾਦ ਨਹੀਂ ਕੁਛ ਨਹੀਂ। ਕਿਉਂਕਿ ਹਉਮੈ ਜਦੋਂ ਸਿਰ ਤੇ ਚੜ੍ਹ ਕੇ ਹੰਕਾਰ ਬੋਲਦਾ ਨਾ, ਉਹ ਬੰਦੇ ਨੂੰ ਆਪਣਾ ਪਰਿਵਾਰ ਵੀ ਦੁਸ਼ਮਣ ਲੱਗਦਾ, ਉਹ ਕਹਿੰਦਾ ਮੈਨੂੰ ਇਹਨਾਂ ਤੋਂ ਖਤਰਾ ਹੈ। ਵੇਖ ਲਓ ਬਹੁਤੀ ਮਾਇਆ ਕਿਸੇ ਕੋਲ ਆ ਜੇ, ਉਹਨੂੰ ਗੰਨ ਮਹਿਲਾ ਤੇ ਭਰੋਸਾ ਹੁੰਦਾ, ਉਹ ਕਹਿੰਦਾ ਮੈਨੂੰ ਆਪਣੇ ਮੁੰਡੇ ਤੋਂ ਖਤਰਾ, ਮੈਨੂੰ ਘਰ ਵਾਲੀ ਤੋਂ ਖਤਰਾ, ਮੈਨੂੰ ਪਰਿਵਾਰ ਤੋਂ ਖਤਰਾ, ਯਾਰ ਮਰਵਾ ਦੇ ਮੈਨੂੰ, ਇਹ ਮਿਲ ਸਕਦੇ ਆ ਕਿਸੇ ਨਾਲ। ਸੱਚੀ ਗੱਲ ਹੈ ਰੱਬਾ, ਮਾਇਆ ਵੀ ਬੰਦੇ ਨੂੰ ਓਨੀ ਕੁ ਦੇਈ ਜਿੰਨੀ ਵਿੱਚ ਉਹ ਸੁਖੀ ਰਹਿ ਸਕੇ। ਲੋੜ ਤੋਂ ਵੱਧ ਕੇ ਮਾਇਆ ਆ ਜੇ, ਪਰਿਵਾਰ ਵਿੱਚ ਉਹ ਭਰੋਸਾ ਖਤਮ ਹੋ ਜਾਂਦਾ ਇੱਕ ਦੂਜੇ ਤੋਂ। ਚੱਲਦਾ ਹੀ ਚੱਲਦੇ ਆ ਉਹ, ਮਾਂ ਵੀ ਚੱਲ ਚੱਲਦੀ, ਪਿਓ ਵੀ ਚੱਲਦਾ, ਪੁੱਤ ਵੀ ਚੱਲਦਾ, ਧੀ ਵੀ ਚੱਲਦੀ, ਨੂੰਹ ਵੀ ਚੱਲਦੀ ਆ, ਉਹ ਚੱਲਾਂ ਹੀ ਚੱਲੀ ਜਾਂਦੇ ਘਰ ਚ, ਬਸ ਇੱਕ ਦੂਜੇ ਸਾਹਮਣੇ ਹਾਂਜੀ ਹਾਂਜੀ ਹੁੰਦੀ, ਅੰਦਰ ਉੱਤੇ ਸੋਚਦੇ ਆ ਇਹਦਾ ਖਾਤਾ ਕਦੋਂ ਇੱਧਰ ਡਾਈਵਰਟ ਹੋ ਜੇ, ਕੀ ਕਰੂ ਕਦੋਂ ਇਹਦੀ ਫਲਾਣੀ ਹੈਲਥ ਇੰਸ਼ੋਰੈਂਸ ਸਾਨੂੰ ਮਿਲ ਜੂਗੀ, ਇਹ ਬੋਲ ਰਹੇ ਲੋਕ ਫਾਇਦੇ ਲੱਭਦੇ ਫਿਰਦੇ ਆ, ਕਿਉਂ, ਕਿਉਂਕਿ ਉਹਨਾਂ ਦਿਖਾਉਂਦੇ ਆ ਹੰਕਾਰ ਆ ਗਿਆ,
ਗੁਰੂ ਅਮਰਦਾਸ ਪਾਤਸ਼ਾਹ ਤੇ ਸਨਮੁਖ ਬੈਠਾ, ਉੱਚੀ ਉੱਚੀ ਬੋਲਦਾ ਹੈ, ਕਹਿੰਦਾ ਇਹ ਗੱਦੀ ਛੱਡਣੀ ਪੈਣੀ ਤੈਨੂੰ। ਵਰਤ ਤੇ ਹੱਥ ਜੋੜੇ ਬੈਠੇ, ਕਹਿੰਦੇ ਮਾਲਕ ਕਹਿੰਦਾ ਛੱਡ ਕੇ ਗੋਇੰਦਵਾਲ ਸਾਹਿਬ ਹੁਣੇ ਇੱਥੋਂ ਭੱਜੋ। ਉਲਟਾ ਗੱਦੀ ਹੈ ਹਮ ਪਾਹੀ, ਐ ਬਾਂਦੇ ਸਿਰ ਪਾਗ ਸੋ ਨਾਹੀ। ਗੱਦੀ ਦਾ ਮਾਲਕ ਮੈਂ, ਗੱਦੀ ਮੇਰੇ ਪਿਤਾ ਦੀ, ਪੱਗ ਬੰਨੀ ਮੈਨੂੰ। ਅਮਰਦਾਸ ਮਾਫ ਕਰਿਓ, ਉਮਰ ਚ ਬਹੁਤ ਵੱਡੇ ਨੇ ਸਤਿਗੁਰੂ ਬਾਬਾ ਦਾ, ਬਹੁਤ ਵੱਡੇ, ਜਿੰਨਾ ਅੱਗੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਮੱਥਾ ਟੇਕਤਾ ਕਿ ਪੁੱਤਰ ਨੂੰ ਇਹ ਹਰਕਤ ਕਰਨੀ ਚਾਹੀਦੀ ਸੀ ਜੀ, ਨਹੀਂ। ਪਰ ਜੋ ਆਉਂਦੀ ਰਜਾ ਕਹਿੰਦਾ ਇਹ ਪੱਗ ਮੇਰੇ ਸਿਰ ਬੱਝੀ, ਤੁਸੀਂ ਆ ਚਾਰ ਸਿੱਖਾਂ ਨੂੰ ਪਿੱਛੇ ਲਾ ਕੇ ਪੱਗ ਬਣਾ ਕੇ ਗੁਰੂ ਬਣ ਕੇ ਬੈਠ ਗਿਆ। ਇਹ ਕਿਹੜਾ ਹਿਸਾਬ ਹੈ ਮਾਲਕ? ਅਸੀਂ ਸਾਡਾ ਖਡੂਰ ਸਾਹਿਬ ਖਾ ਲਈ ਪਿਆ, ਤੁਸੀਂ ਸੇਵਕ ਹੋ ਕੇ ਸਾਡਾ ਘਰ ਲੁੱਟ ਕੇ ਲੈ ਗਏ। ਸਭ ਨੇ ਮੁਝ ਕੋ ਪਾਗ ਬੰਧਾਈ, ਤੈ ਕੈਸੀ ਕਰ ਆਪ ਪੁਜਾਈ। ਜਦੋਂ ਸਾਰਿਆਂ ਨੇ ਪੱਗ ਮੈਨੂੰ ਪਿਤਾ ਦੀ ਬੰਨੀ, ਪੁੱਤ ਮੈਂ ਆ, ਗੁਰਗੱਦੀ ਦਾ ਮਾਲਕ ਮੈਂ ਆ, ਤੁਹਾਡੀ ਹਿੰਮਤ ਕਿਵੇਂ ਹੋਈ ਗੁਰੂ ਬਣ ਕੇ ਪੂਜਾ ਕਰੋ? ਸਭ ਭੁੱਲ ਗਏ। ਜਿੱਦਣ ਗੁਰੂ ਅੰਗਦ ਦੇ ਪਾਤਸ਼ਾਹ ਨੇ ਕਿਹਾ ਸੀ ਬੱਚਿਓ ਗੁਰੂ ਅਮਰਦਾਸ ਜਾਣਗੇ ਗੋਇੰਦਵਾਲ ਸਾਹਿਬ, ਇਹਨਾਂ ਦੀ ਸੰਗਤ ਵਿੱਚ ਰਹੇ ਹੋ, ਇਹਨਾਂ ਦੀ ਛਾਂ ਵਾਲੇ ਹੋ, ਇਹ ਆਪ ਗੁਰੂ ਨਾਨਕ ਨੇ। ਪਰ ਜਿਨ੍ਹਾਂ ਬੱਚਿਆਂ ਨੇ ਆਪਣੇ ਪਿਤਾ ਦਾ ਬਚਨ ਨਹੀਂ ਮੰਨਿਆ ਤੇ ਗੁਰੂ ਅਮਰਦਾਸ ਦਾ ਕਿੱਥੋਂ ਮੰਨਣਗੇ? ਆਪੋ ਸਤਨਾਮ। ਜਿਹੜਾ ਧੀ ਪੁੱਤ ਆਪਣੇ ਮਾਂ ਬਾਪ ਦੀ ਇੱਜ਼ਤ ਨਹੀਂ ਕਰ ਸਕਦਾ, ਉਦੋਂ ਤੁਸੀਂ ਕੀ ਆਸ ਰੱਖਦੇ ਹੋ ਚਾਚੇ ਮਾਮੇ ਤਾਏ ਰਿਸ਼ਤੇਦਾਰਾਂ ਦਾ ਸਕਾ ਹੋਊਗਾ? ਜਿਹੜਾ ਮਾਂ ਦੀ ਇੱਜ਼ਤ ਨਹੀਂ ਕਰ ਸਕਦਾ, ਪਿਓ ਦੀ ਇੱਜ਼ਤ ਨਹੀਂ ਕਰ ਸਕਦਾ, ਅੱਗੇ ਬੋਲ ਸਕਦਾ ਹੈ? ਮਾਫ ਕਰਿਓ, ਜੋ ਜੰਮਿਆ ਅੱਗੇ ਬੋਲੇ ਉਹਦੇ ਲਈ ਦੂਜਾ ਤੀਜਾ ਕੋਈ ਕੁਛ ਨਹੀਂ ਹੈ। ਬਾਬਾ ਦਾਤੂ ਗੁਰੂ ਅੰਗਦ ਦੇ ਪਾਤਸ਼ਾਹ ਕੇ ਵੀ ਬੋਲਦੇ ਰਹੇ ਆ, ਸ਼ਾਇਦ ਯਾਦ ਹੋਵੇ ਆਪ ਜੀ, ਜਿੱਦਣ ਗੁਰਗੱਦੀ ਬਖਸ਼ੀ ਸੀ ਮਹਾਰਾਜ ਨੇ ਕਿਹਾ ਸੀ ਪੁੱਤਰੋ ਆ ਜਾਓ ਭਾਈ, ਕੀ ਕਹਿੰਦੇ ਸੀ? ਕਹਿੰਦੇ ਨਾ ਮਹਾਰਾਜ ਸਾਨੂੰ ਲੋੜ ਨਹੀਂ ਹੈਗੀ, ਅਸੀਂ ਤੇ ਇੱਥੇ ਰਹਿਣਾ ਗੁਰੂ ਸਾਹਿਬ, ਜੋ ਮਰਜ਼ੀ ਦੋ ਸਾਨੂੰ ਕੀ ਮਤਲਬ ਹੈ? ਪਰ ਹਾਂ ਗੁਰੂ ਅਸੀਂ ਹਾਂ, ਗੱਦੀ ਦੇ ਵਾਰਸ ਅਸੀਂ ਹਾਂ। ਉਹ ਸਾਰੀਆਂ ਗੱਲਾਂ ਜੋ ਪਿਤਾ ਗੁਰੂ ਸਮਝਾ ਕੇ ਗਏ ਉਹਨਾਂ ਤੋਂ ਉਲਟ ਹੋ ਗਿਆ। ਸਮਾਂ ਸਮਾਪਤ ਹੈ, ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਕੱਲ ਦੇ ਦੀਵਾਨਾਂ ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।